ਅਤੇ ਦਿੱਲੀ ਗੁਰਦੁਆਰਾ ਕਮੇਟੀ ਇਸ ਵੇਲੇ ਤਕਰੀਬਨ 7-8 ਮਹੀਨੇ ਤੋਂ ਸੰਕਟ ਵਾਲੀ ਹਾਲਾਤਾਂ ਵਿੱਚੋਂ ਲੰਘ ਰਹੀ ਹੈ। ਤੁਸੀਂ ਕਈ ਵਾਰੀ ਪ੍ਰੈਸ ਵਿੱਚ ਅੱਗੇ ਵੀ ਆਏ ਹੋ, ਦੇਖਿਆ ਵੀ ਆ, ਸੁਣਿਆ ਵੀ ਆ, ਪਰ ਹਰ ਹਾਲਾਤ ਹਰ ਦਿਨ ਬਾਅਦ ਚੇਂਜ ਹੁੰਦੇ ਆ, ਬਦਲਦੇ ਜਾਂਦੇ ਆ। ਇਹ ਰਾਜਨੀਤੀ 'ਚ ਵੀ ਬਦਲਦੇ ਹੁੰਦੇ ਆ, ਚੱਲਦਾ ਰਹਿੰਦਾ ਕੰਮ। ਇਸ ਕਰਕੇ ਅੱਜ ਬਦਲੇ ਹੋਏ ਹਾਲਾਤਾਂ ਦੇ ਮੁਤਾਬਕ ਤੁਹਾਡੇ ਸਾਹਮਣੇ ਮੈਂ ਆਪਣੇ ਪਾਰਟੀ ਦੀ ਤਰਫ ਤੋਂ ਮੈਂ ਕੁਛ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ, ਕੁਝ ਆ ਸਾਰੇ ਵਿੱਚ ਸੁਣੋ। ਜਿਹੜੀਆਂ ਗੱਲਾਂ ਅੱਜ ਦੇ ਦਿਨ ਤੱਕ, ਅੱਜ ਤੋਂ ਪਹਿਲਾਂ ਜੋ ਕੁਝ ਹੋਇਆ, ਉਦੋਂ ਮਨਜੀਤ ਸਿੰਘ ਜੀ ਕੇ ਪਾਰਟੀ ਦਾ ਇੱਕ ਹਿੱਸਾ ਸੀ। ਅੱਜ ਜੋ ਹੋਣਾ ਹੈ, ਅੱਜ ਉਹ ਹਿੱਸਾ ਨਹੀਂ ਹੈ, ਅੱਜ ਕੁਝ ਹੋਰ ਹੋਣਾ। ਮਨਜੀਤ ਸਿੰਘ ਜੀ ਕੇ ਨੇ 6 ਸਾਲ ਪ੍ਰਧਾਨੀ ਕੀਤੀ ਹੈ। ਸਰ ਸੁਖਬੀਰ ਸਿੰਘ ਦੀ ਮਿਹਰਬਾਨੀ ਨਾਲ ਉਹਨੂੰ ਲੈ ਕੇ ਆਏ, ਉਹਨਾਂ ਬਣਾਇਆ। ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਇੱਕ ਥਾਂ ਨਹੀਂ, ਸਾਰੀ ਦਿੱਲੀ ਦੇ ਕਿਸੇ ਗੁਰਦੁਆਰੇ ਦਾ ਇਹ ਚਾਰਜ ਦਾ ਮੈਂਬਰ ਵੀ ਨਹੀਂ ਸੀ। ਨਾ ਕਦੇ ਕਿਤੇ ਸਕੱਤਰ ਬਣਿਆ, ਨਾ ਕਦੇ ਪ੍ਰਧਾਨ ਬਣਿਆ, ਨਾ ਕਦੇ ਮੈਂਬਰ ਬਣਿਆ। ਆਪਣੇ ਪਿਤਾ ਦੇ ਨਾਲ ਲੱਗ ਕੇ ਉਸੇ ਗੱਲ 'ਤੇ ਵੀ ਮੈਂ ਰਾਜਨੀਤੀ ਕਰਦਾ, ਉਹ ਫਿਰ ਮੈਂਬਰ ਬਣ ਗਿਆ। ਮੇਰੇ ਨਾਲ ਵੀ ਮੈਂਬਰ ਰਿਹਾ, ਪਰ ਕਦੀ ਕਿਸੇ ਨੂੰ ਕਿਤੇ ਕੰਮ ਨਹੀਂ ਕੀਤਾ, ਕਦੀ ਵੀ ਅੱਜ ਤੱਕ। ਫਿਰ ਇਹ ਬਿਲਕੁਲ ਨਿਗਲੈਕਟ ਹੋਇਆ। ਜਿਸ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਹ ਕਹਿ ਕੇ ਕਹਿ ਰਿਹਾ ਕਿ ਇਹਨਾਂ ਦੀ ਫੋਟੋ ਲਾਓ ਅਤੇ ਜਿੱਦਣੀ ਸੀ ਹੋਣੀ, ਉਸੇ ਫੋਟੋ ਨੂੰ ਸਜਦਾ ਕਰਕੇ ਪਾਰਟੀ 'ਚ ਆਇਆ, ਉਸੇ ਪਾਰਟੀ ਤਰਨਾ 'ਤੇ ਮੱਥਾ ਟੇਕ ਕੇ ਇਹਨੂੰ ਜੁਆਇਨ ਕੀਤਾ। ਉਸੇ ਪਾਰਟੀ ਦੇ ਸਜਦਾ ਜੋ ਕੀਤਾ ਇਹਨੇ, ਤਾਂ ਉਹਨਾਂ ਇਹਨੂੰ ਜੁਆਇਨ ਕਰਾਇਆ। ਉਸੇ ਪਾਰਟੀ ਨੇ ਇਹਨੂੰ ਆਪਣੀ ਪਾਰਟੀ ਦਾ ਪ੍ਰਧਾਨ ਬਣਾਇਆ। ਹਾਲਾਂ ਮੈਂ ਅੱਜ ਖੁੱਲ੍ਹੇ ਲਫ਼ਜ਼ਾਂ 'ਚ ਕਹਿਣਾ ਚਾਹੁੰਦਾ ਕਿ ਮੈਂ ਵਿਰੋਧ ਕੀਤਾ ਸੀ ਉਦੋਂ ਵੀ, ਕਿਉਂਕਿ ਉਸ ਤੋਂ ਪਹਿਲਾਂ ਜਦੋਂ 3 ਵਾਰ ਪਾਰਟੀ ਸਾਡੇ ਵਿੱਚ ਇਲੈਕਸ਼ਨ 'ਚ ਹਾਰੀ ਸੀ, ਉਸ ਹਾਰ ਦਾ ਕਾਰਨ ਇੱਕੋ ਇੱਕ ਬੰਦਾ ਸੀ, ਸਰਦਾਰ ਮਨਜੀਤ ਸਿੰਘ। ਸੌਂ ਖਾ ਕੇ ਬਰੇਲੀਆਂ ਨੂੰ ਹੋਟਲ ਅਰਦਾਸ ਕਰਕੇ ਜਾ ਕੇ ਵੋਟਾਂ ਦੂਜੇ ਵੇਲੇ ਪਾਤੀਆਂ। ਫਿਰ ਹੇਠਲੇ ਟਾਈਮ 'ਤੇ ਇੱਥੇ ਦਫ਼ਤਰ ਲੱਗ ਗਿਆ, ਮੇਰੇ ਨਾਲ ਕੰਮ ਕਰਦਾ ਸੀ, ਅਤੇ ਸਵੇਰੇ ਚੋਣ ਲੱਗ ਗਈ ਆ, ਦਫ਼ਤਰ ਖੁੱਲ੍ਹ ਗਿਆ, ਸਭ ਕੁਝ ਹੋ ਗਿਆ। ਰਾਤੋਂ ਰਾਤ ਜਾ ਕੇ ਸ਼ੀਲਾ ਦਿਕਸ਼ਿਤ ਨਾਲ ਮਿਲ ਕੇ ਅਤੇ ਕਾਂਗਰਸ ਦਾ ਸੌਦਾ ਕਰਕੇ ਅਤੇ ਵੱਖਰੀ ਆਪਣੀ ਮੌਤ 'ਤੇ ਜਗਾ ਕੇ ਬਹਿ ਗਿਆ, ਅਤੇ ਜਿਹੜੇ ਸਾਡੇ ਵੋਟਰ ਸੀ ਅਤੇ ਸਾਡੇ ਸਪੋਰਟਰ ਸੀ, ਉਹਨਾਂ ਦੀਆਂ ਵੋਟਾਂ ਲੈ ਕੇ 6 ਸੀਟਾਂ ਜਿੱਤ ਗਿਆ, ਪਾਰਟੀ ਹਰਾਤੀਆਂ ਨੇ। ਇਹ ਹਮੇਸ਼ਾ ਇਸ ਗੱਲ 'ਤੇ ਮੈਂ ਇੱਕੋ ਗੱਲ ਕਹਿੰਦਾ ਸੀ ਪਾਰਟੀ ਨੂੰ ਕਿ ਜਿਹੜਾ ਬੰਦਾ ਇੱਕ ਵਾਰੀ ਬੇਈਮਾਨ, ਉਹ 100 ਵਾਰੀ ਬੇਈਮਾਨ ਹੋਊਗਾ, ਉਹ ਕਦੀ ਵਫ਼ਾਦਾਰ ਪਾਰਟੀਆਂ ਦੇ ਹੋ ਨਹੀਂ ਸਕਦੇ। ਇਸ ਕਰਕੇ ਮੇਰੀ ਉਸ ਵੇਲੇ ਕਿਸੇ ਨੇ ਨਹੀਂ ਬਣੀ, ਪਰ ਇਹ ਹਮੇਸ਼ਾ ਕਿਨਾਰੇ 'ਤੇ ਖੜ੍ਹਾ ਰਿਹਾ। 2-3 ਵਾਰੀ ਪਿੱਛੋਂ ਵੀ ਇੱਕ ਵਾਰ ਕਿਹਾ ਮੈਨੂੰ ਕਿ ਮੇਰੇ ਤੋਂ ਕੰਮ ਨਹੀਂ ਚੱਲਦਾ, ਮੈਂ ਆਹ ਫੜਫੜ ਲਾਉਂਦਾ ਰਿਹਾ, ਮੈਂ ਤੂੰ ਕਾਰ ਕੰਮ ਹੁਣ ਤੂੰ ਆ ਗਿਆ, ਤੂੰ ਪੁੱਛਣਾ ਹੱਲ। ਫਿਰ ਇਹਦਾ ਐਸਾ ਹੱਥ ਪਿਆ ਕਿ ਪ੍ਰਧਾਨ ਵੀ ਬਣ ਗਿਆ, ਵੀ ਕਮੇਟੀ ਦੀ ਚੋਣ ਕਰਾਈ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਉਹ ਜਦੋਂ ਚੋਣ ਹੋਈ ਸੀ, ਉਸ ਇੱਥੇ ਸਰਨਾ ਪਾਰਟੀ ਦਾ ਕਬਜ਼ਾ ਸੀ, ਅਤੇ ਸਾਰੀ ਦਿੱਲੀ ਜਾਣਦੀ ਇਸ ਗੱਲੋਂ ਕਿ ਉਦੋਂ ਅਕਾਲੀ ਦਲ ਬਹੁਤ ਥੱਲੇ ਸੀ, ਅਤੇ ਬੜੀ ਹਿੰਮਤ ਅਤੇ ਤਾਕਤ ਅਤੇ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੇਰਾ ਘਰ ਜਿੰਨੀ ਤਾਕਤ ਤੋਂ ਇਸਤੇਮਾਲ ਕੀਤੀ, ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਅਤੇ ਸੁਖਬੀਰ ਨੂੰ ਮਨਜੀਤ ਸਿੰਘ ਜੀ ਨੂੰ ਪ੍ਰਧਾਨ ਬਣਾਇਆ। ਇੱਥੇ ਇਹ ਪ੍ਰਧਾਨਗੀ ਚੱਲਦੀ ਰਹੀ, ਕੰਮ ਹੁੰਦਾ ਹੈ। ਪ੍ਰਧਾਨ ਦੇ ਨਾਲ ਨਾਲ ਇੱਕ ਹੋਰ ਵੀ ਉੱਠੇ ਦੇ ਉੱਤੇ ਬੜੇ ਸਪੋਕਸਮੈਨ ਵੀ ਬਣਾਤਾ, ਅਕਾਲੀ ਦਲ ਦਾ ਪ੍ਰਧਾਨ ਵੀ ਬਣਾਤਾ, ਸਾਰਾ ਚੱਲਦਾ ਰਿਹਾ। ਦੂਜੀ ਚੋਣ ਫਿਰ ਹੋਈ, ਦੂਜੀ ਚੋਣ ਦੇ ਵਿੱਚ ਉਹ ਆਪਣੇ ਉੱਥੇ ਲੱਗੇ ਸੀ, ਇੱਥੇ ਕਰਦੇ ਸੀ ਅਸੀਂ। ਉਹ ਇਹਨੇ ਇੱਕ ਸਵਾਲ ਕੀਤਾ ਕਿ ਜੇ ਫੋਟੋ ਨਹੀਂ ਸੀ ਲਾਉਣੀ, ਜੇ ਫੋਟੋ ਲਾਉਂਦੇ ਤਾਂ ਹਾਰ ਜਾਂਦੇ। ਉਦੋਂ ਫੋਟੋ ਲਾ ਕੇ ਅਕਾਲੀ ਦਲ ਜਿੱਤਿਆ ਸੀ, ਐਸ ਕਿ ਮੈਂ ਫੋਟੋ ਲਾਈ, ਅਸੀਂ ਤਾਂ ਨਹੀਂ ਹਾਰੇ। ਹਰਮਨਜੀਤ ਸਿੰਘ ਨੇ ਫੋਟੋ ਲਈ, ਇਹ ਤਾਂ ਨਹੀਂ ਹਾਰਿਆ। ਅਤੇ ਕਿਸੇ ਨੇ ਫੋਟੋ ਲਈ, ਇਹ ਤਾਂ ਨਹੀਂ ਹਾਰਿਆ। ਨੋਨੀ ਨੇ ਫੋਟੋ ਲਾਈ, ਇਹ ਤਾਂ ਨਹੀਂ ਹਾਰਿਆ। ਬੇਹੂਦਾ ਆਪੇ ਨੇ ਛੋਟਾ ਇਤਿਹਾਸ ਲਾਈਆਂ ਤਾਂ ਹਾਰਿਆ ਨਹੀਂ। ਬੇਹੂਦਾ ਗੱਲਾਂ ਕਰਕੇ ਉਸੇ ਪਾਰਟੀ ਨੂੰ ਕਹਿੰਦੇ ਜਿਸਦਾ ਜਿਸਦਾ ਖਾਮਣਾ ਤਸਕਰੀ ਸਭ ਆਸ਼ਰ, ਜਿਹਦਾ ਨਿਮਕ ਖਾਧਾ, ਜਿਹਨੇ ਏਡੀ ਤਾਕਤਾਂ ਦਿੱਤੀਆਂ, ਏਦਾਂ ਪਾਵਰ ਦਿੱਤੀ, ਉਹਦੇ ਖਿਲਾਫ ਇਹ ਕਹਿ ਰਿਹਾ ਕਿ ਇਹਨਾਂ ਕੁਛ ਕੀਤਾ, ਇਹ ਗਲਤ ਨਹੀਂ ਤਾਂ ਮੈਂ ਸਹੀ ਹਾਂ। ਜਾਂ ਗੁਰੂ ਦੀ ਅੱਜ ਮੈਂ ਕਹਿਣ ਲੱਗਾ ਕਿ ਉਸ ਤਾਕਤ ਜਿਹੜੀ ਮਿਲੀ ਜ਼ਿਆਦਾ, ਉਸ ਤਾਕਤ ਨਾਲ ਗੁਰੂ ਦੀ ਗੋਲ ਕਹਿੰਦੇ ਸ਼ਰੇ ਆਮ ਲੁੱਟਣ ਵਾਲਾ, ਇਹਨੂੰ ਕਿਹਾ ਗਿਆ ਸ਼ਰੇ ਆਮ ਲੁੱਟੀ ਗੋਲ। ਔਰ ਜੇ ਉਸ ਫਿਰ ਕਹਿੰਦਾ ਗਿਆ ਕਿ ਵਕਤ ਜੇ ਪੁੱਛਿਆ ਵੀ ਤਾਂ ਕੋਈ ਜਵਾਬ ਦੇ ਕੀ ਹੋਇਆ,
ਇਹ ਵਕਤ ਆਉਣ ਦਾ ਜਵਾਬ ਦਿਆਂਗਾ। ਜੇ ਤਾਂ ਕੋਈ ਗੱਲ ਹੋਵੇ, ਕੋਈ ਪੁਲੀਟੀ ਗੱਲ, ਕੋਈ ਰਾਜਨੀਤਿਕ ਗੱਲ, ਤਾਂ ਜਵਾਬ ਆਉਣ ਤਾਂ ਦਿਓ, ਕੋਈ ਬਾਤ ਨਹੀਂ, ਸਮਾਂ ਆਏਗਾ ਜਵਾਬ ਦੇ ਦੇਣਾ। ਗੁਰ ਗੁਰੂ ਦੀ ਆ ਸੰਗਤਾਂ ਦਾ ਪੈਸਾ ਲੁੱਟੀ ਗਈ ਆ, ਸਾਹਮਣੇ ਪਈ ਆ, ਅਤੇ ਜਵਾਬ ਤੂੰ ਵਕਤ ਕਿਹੜਾ ਵਕਤ ਆਉਣਾ ਹੋਰ? ਇਹੋ ਜਿਹੀਆਂ ਗੱਲਾਂ ਡਾਲਦੇ ਆ ਬੇਈਮਾਨ ਕਰਪਟ ਭ੍ਰਿਸ਼ਟਾਚਾਰੀ ਲੋਕ। ਜਿਹੜੇ ਸੱਚੇ ਸੁੱਚੇ ਲੋਕ ਹੈ, ਜੇ ਕਿਤੇ ਉਹਦੇ 'ਤੇ ਇਲਜ਼ਾਮ ਲੱਗ ਜਾਵੇ ਕੋਈ ਪੈਸਾ ਖਾਧਾ ਗੋਲ ਖਿਚਾਓ, ਉਹ ਸੁਸਾਈਡ ਕਰ ਦਿੰਦੇ ਆ। ਅਗਰ ਕੋਈ ਇਨਸਾਨੀਅਤ ਹੋ, ਕਿਸੇ 'ਚ ਭਾਵੇਂ ਮੰਦਰ ਦਾ ਪੈਸਾ ਹੋਵੇ, ਭਾਵੇਂ ਗੁਰਦੁਆਰੇ ਦਾ ਪੈਸਾ ਹੋਵੇ, ਉਹ ਜਾ ਤੇ ਛੱਡਣਾ ਮਰ ਜਾਏਗਾ, ਸੁਸਾਈਡ ਕਰ ਦੇਗਾ, ਉਹ ਸੰਗਤ ਦੇ ਸਾਹਮਣੇ ਨਹੀਂ ਆਏਗਾ ਮੇਰੇ ਤੋਂ ਗਲਤੀ ਅਤੇ ਗੁਣਾ ਹੋ ਗਿਆ। ਲੇਕਿਨ ਇਹਨੂੰ ਇਸ ਗੱਲ ਦੀ ਕੋਈ ਇਹਦੇ 'ਤੇ ਅਸਰ ਨਹੀਂ ਹੋਇਆ। ਇਸ ਨੇ ਕਿਹਾ ਕਿ ਮੈਂ ਸਰਸੇਵਲ ਦੇ ਖਿਲਾਫ਼ ਬੋਲਿਆ ਸੀ, ਲੇਕ ਇਸ ਕਰਕੇ ਮੈਨੂੰ ਇਸ ਤਰ੍ਹਾਂ ਕਹਿੰਦੇ ਆ। ਇਹ ਮੈਨੂੰ ਪੁੱਛੇ ਤੂੰ ਸਰਸੇਵਲ ਦੇ ਖਿਲਾਫ਼ ਬੋਲਿਆ, ਹੁਣ ਤੂੰ ਸਰਸੇਵਲ ਦੇ ਖਿਲਾਫ਼ ਬੋਲਿਆ ਨਾ। ਜਿਸ ਦਿਨ ਸਰਸੇ ਵਾਲੇ ਬਾਬੇ ਨੂੰ ਉੱਥੋਂ ਉਹਨਾਂ ਨੇ ਕੀਤਾ ਅਕਾਲ ਤਖ਼ਤ ਤੋਂ ਬਰੀ ਕੀਤਾ ਸੀ, ਭਾਵੇਂ ਬਾਅਦ 'ਚ ਨਹੀਂ ਹੋਇਆ ਪਰ ਕੀਤਾ ਸੀ ਇੱਕ ਦਿਨ, ਉੱਧਰ ਇਹ ਇੱਥੋਂ ਬੱਸ ਭਰ ਕੇ ਲਗਿਆ ਸੀ ਆਪ, ਅਤੇ ਬੱਸ ਭਰ ਕੇ ਮੈਂਬਰਾਂ ਦੀ ਮੈਂ ਸੀ ਨਾ ਆ ਗਿਆ। ਮੈਂ ਕਿਹਾ ਕਾਹਦੇ ਵਧਾਈ ਦੇਣੀ ਇਹਨੂੰ, ਐਡੇ ਚੋਰ ਨੂੰ ਕੀਤਾ ਹੈ ਹੀ ਗਲਤ ਕਦੇ, ਔਰ ਇਹ ਲੈ ਕੇ ਗਿਆ ਇੱਥੋਂ ਬੱਸ, ਜਾ ਕੇ ਧੰਨਵਾਦ ਕਰਕੇ ਅਕਾਲ ਤਖ਼ਤ 'ਤੇ ਜਾ ਕੇ ਸਿੱਖ ਸਾਹਿਬ ਦਾ, ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ, ਇਹ ਚੰਗਾ ਕੀਤਾ, ਨਾਲ ਬੁਲਾ ਲਿਆ, ਇਹਦੇ ਬਲੋਕ ਵਗੈਰਾ ਆਪਣਾ ਕੰਮ ਨਹੀਂ ਚੱਲਣਾ, ਇਹ ਉੱਥੇ ਸਟੇਟਮੈਂਟ ਦੇ ਗਿਆ ਔਰ ਆਪ ਲੈ ਕੇ ਗਿਆ ਬੱਸ ਦੇ ਵਿੱਚ, ਗਿਆ ਨਾਲ ਗੱਡੀ 'ਚ ਗਿਆ, ਉਸੇ ਬੱਸ ਵਿੱਚ ਬਹਿ ਕੇ ਗਿਆ ਨਾਲ ਆਪ ਜਾ ਕੇ। ਇੰਨਾ ਝੂਠ ਬੋਲ ਕੇ ਲੋਕਾਂ ਨੂੰ ਗੁਬਰਾਹ ਕਰਨਾ, ਇਸ ਤੋਂ ਵੱਡੀ ਬੇਸ਼ਰਮੀ ਦੀ ਗੱਲ ਹੋਰ ਕੀ ਹੋ ਸਕਦੀ ਆ? ਫਿਰ ਜੇ ਅਕਾਲੀ ਦਲ ਮਾੜੀ ਪਾਲਿਸੀ ਤਾਂ 20 ਸਾਲ ਦਰਦਰ ਫਿਰਦਾ ਰਿਹਾ, 20 ਸਾਲ ਕਿਸੇ ਨੇ ਪੁੱਛਿਆ, ਆਖਿਰਕਾਰ ਇਸੇ ਪਾਰਟੀ ਦੇ ਅਕਾਲੀ ਦਲ ਦੇ ਦਰਦੇ ਉੱਤੇ ਆ ਕੇ ਸਜਦਾ ਕੀਤਾ ਅਤੇ ਨਤਮਸਤਕ ਹੋਇਆ, ਅਤੇ ਇਹਨਾਂ ਨੇ ਪ੍ਰਧਾਨ ਬਣਾ ਦਿੱਤਾ ਅਤੇ ਇਹਨੂੰ ਪਾਵਰਾਂ ਦਿੱਤੀਆਂ। ਜਿਨ੍ਹਾਂ ਦੇ ਖਿਲਾਫ਼ ਅੱਜ ਇਹ ਬੋਲ ਰਿਹਾ, ਬੇਸ਼ਰਮੀ ਦਾ ਵਿਖਾਵਾ ਕਰ ਰਿਹਾ, ਉਹਨਾਂ ਦੇ ਚਰਨ ਡਿੱਗਾ ਅਤੇ ਰੁਤਬੇ ਮਿਲੇ, ਪੂਰਨ ਭਰੋਸਾ ਪ੍ਰਗਟ ਉਹਨੇ ਇਹਦੇ 'ਤੇ ਕੀਤਾ। ਲੇਕਿਨ ਉਸ ਪ੍ਰੈਸ, ਉਸ ਭਰੋਸੇ ਦਾ ਇਹਨੇ ਐਸਾ ਘਾਣ ਕੀਤਾ, ਉਸ ਭਰੋਸੇ 'ਚ ਬੈਠੇ ਰਹੇ ਬੜਾ ਬੰਦਾ, ਵਧੀਆ ਬੰਦਾ, ਲੇਕਿਨ ਜੋ ਇਹਨੇ ਕਰ ਵਿਖਾਇਆ ਉਹ ਮੈਂ ਹੁਣ ਤੁਹਾਨੂੰ ਸਾਰਾ ਕੁਝ ਦੱਸਾਂਗਾ ਕੀ ਕੁਝ ਕੀਤਾ। ਲੋਕ ਗੱਲਾਂ ਕਰਦੇ ਹੋਣਗੇ, ਮੂੰਹ ਚੋਪੜੀਆਂ, ਕੋਈ ਲਗਾ ਕੇ ਕਰਦਾ, ਕੋਈ ਸਾਹਮਣੇ ਨਹੀਂ ਕਰਦਾ, ਮੈਂ ਤੁਹਾਨੂੰ ਸਾਰੀ ਗੱਲ ਦੱਸੂਗਾ ਖੋਲ ਕੇ। ਇਹ ਕਹਿੰਦਾ ਮੈਂ ਪਾਰਟੀ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਸੀ, ਇਹਨੇ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ। ਜਿੱਦਣ ਇਹਦੇ ਚੋਰੀ ਫੜੀ ਗਈ ਅਤੇ ਪਾਰਟੀ ਨੇ ਬਹਿ ਕੇ ਫੈਸਲਾ ਕੀਤਾ ਚੰਦੂਵਾਲੀ ਦੀ ਕੋਠੀ 'ਚ, ਅਸੀਂ ਸਾਰੇ ਮੈਂ ਵਿੱਚ ਸਾਂ, ਵੀ ਤੂੰ ਅਸਤੀਫਾ ਦੇ, ਤੇਰੇ 'ਤੇ ਬਹੁਤ ਵੱਡਾ ਇਲਜ਼ਾਮ ਲੱਗਾ, ਪਾਰਟੀ ਬਰਦਾਸ਼ਤ ਨਹੀਂ ਕਰਦੀ। ਉੱਥੋਂ ਫੈਸਲਾ ਕਰਕੇ ਆਇਆ ਕਿ ਮੈਂ ਅਸਤੀਫਾ ਦਿਆਂਗਾ, ਲੇਕਿਨ ਨਾਲੇ ਨੇ ਇਹ ਸ਼ਰਤ ਰੱਖਤੀ ਕਿ ਮੈਂ ਇਕੱਲਾ ਨਹੀਂ ਦਊਗਾ, 15 ਦੇ 15 ਬੰਦੇ ਅਸਤੀਫਾ ਦੇਣ। ਅਸੀਂ ਆ ਕੇ ਤੁਹਾਨੂੰ ਸਾਰੇ ਦਿਓ, ਜਿੰਨੇ ਬੰਦੇ ਤੁਸੀਂ ਆ ਗਏ, ਪਰ ਅਸਤੀਫਾ ਦਿਓ। ਜਦੋਂ ਤੁਸੀਂ ਪ੍ਰੈਸ ਕਰਦੇ ਹੋ ਉੱਥੇ ਹੋ ਰਹੀ ਸੀ, ਸਾਰੇ ਸੀ ਉੱਥੇ, ਮੈਂ ਉੱਠ ਕੇ ਵਿੱਚ ਬੋਲਿਆ ਵੀ ਸੀ, ਫਿਰ ਤੂੰ ਅਸਤੀਫਾ ਨਹੀਂ ਦਿੱਤਾ, ਅਤੇ ਇਹਨੇ ਮੈਨੂੰ ਅੱਗੇ ਗੱਲ ਕਹੀ ਕਿ ਜਦ ਮੈਂ ਕਮੇਟੀ ਤੋੜ 'ਤੇ ਅਸਤੀਫੇ ਦੀ ਲੋੜ ਆ, ਅਸਤੀਫਾ ਨਹੀਂ ਦਿੱਤਾ। ਫਿਰ ਰਾਤ ਨੂੰ ਮੇਰੇ 'ਤੇ ਪ੍ਰੈਸ਼ਰ ਪਿਆ ਪਾਰਟੀ ਦਾ, ਫਿਰ 9 ਵਜੇ ਨੇ ਅਸਤੀਫਾ ਭੇਜਿਆ ਕਿ ਮੈਂ ਅਸਤੀਫਾ ਦੇਣਾ, ਅਤੇ ਨਾਲ ਉੱਥੇ ਨੇ ਵੀ ਕਿਹਾ ਜਦ ਤੱਕ ਮੇਰੇ ਐਲੀਗੇਸ ਨਹੀਂ ਹਟਦੇ ਮੈਂ ਕਿਸੇ ਸੇਵਾ 'ਚ ਨਹੀਂ ਆਵਾਂਗਾ। ਇਸ ਕਰਕੇ ਇਹਨੇ ਅਸਤੀਫਾ ਕੋਈ ਦਿੱਤਾ ਨਹੀਂ ਸੀ। ਫਿਰ ਉਸ ਤੋਂ ਬਾਅਦ ਦੇਖੋ, ਆਹ ਹੁਣ ਥੋੜ੍ਹੇ ਦਿਨਾਂ ਦੀ ਗੱਲ ਆ ਜੀ, ਜਿੱਦਣ ਇਹ ਕਹਿੰਦਾ ਮੈਂ ਪਾਰਟੀ ਤੋਂ ਅਲੱਗ ਹੋ ਗਿਆ ਸੀ, ਇਹ ਝੂਠ ਦੀ ਮੈਂ ਤਾਂ ਇਹ ਗੱਲ ਦੱਸਦਾ ਪਿਆ। ਜਿੱਦਣ ਸੱਜਣ ਕੁਮਾਰ ਦੇ ਭਰਾ ਨੂੰ ਟਿਕਟ ਦੇਣ ਲੱਗਿਆ, ਅਤੇ ਉੱਧਰ ਸਭ ਤੋਂ ਮਜ਼ਾਰਾ ਪਹਿਲਾਂ ਕੀ ਕੀਤਾ ਇਹਨੇ? ਕੀਤਾ ਕਹਿ ਦਿੱਤੇ ਇਹਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ 'ਤੇ, ਉਹਦਾ ਬੈਨਰ ਲੱਗਾ ਜਿਹੜਾ, ਉਹਦੀ ਫੋਟੋ ਪਈ ਆ, ਉਹ ਅਕਾਲੀ ਦਲ ਦੇ ਰਾਜ ਨੂੰ ਤੂੰ ਮੁਜ਼ਾਹਰੇ ਕਰਦਾ ਪਿਆ, ਤੂੰ ਕਹਿੰਦਾ ਮੈਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ, ਬਿਲਕੁਲ ਇਹ ਗਲਤ ਹੈ, ਇਹ ਝੂਠ ਬੋਲਿਆ ਸਾਰਾ ਇਸ ਗੱਲ ਦੇ ਉੱਤੇ। ਇਹਨੇ ਮੈਂ ਉਹ ਤੋਂ ਸਬੂਤ ਭੇਜਿਆ ਜੋ ਜੋ ਇਹਨੇ ਕੀਤਾ ਹੈ, ਉਹ ਗੱਲਾਂ ਇਹ ਹੈਗੀਆਂ ਜਿਹੜੀਆਂ ਗੱਲਾਂ ਅਜੇ ਕੋਰਟ ਵਿੱਚ ਨਹੀਂ ਗਈਆਂ, ਜਿਹੜੀਆਂ ਕੋਰਟ 'ਚ ਗਈਆਂ ਉਹ ਅਲੱਗ ਨੇ। 6500 ਡਾਲਰ ਯੂਐਸਏ ਡਾਲਰ, 6500 ਡਾਲਰ, 6500 ਯੂਐਸਏ ਡਾਲਰ, 2600 ਕੈਨੇਡੀਅਨ ਡਾਲਰ, 2150 ਪੌਂਡ, 1000 ਯੂਰੋ ਕੈਸ਼। ਇਹ ਹਵਾਲਾ ਦਾ ਕੇਸ ਬਣਦਾ ਹੈ। 2100 ਡਾਲਰ ਇਹ ਹੁਣ ਇਹ ਸਾਰੇ ਪੈਸੇ ਉਹਨਾਂ ਤੋਂ ਦਿਖਾ ਰਿਹਾ ਰਸੀਦ ਨਾਲ,
ਇਹ ਚਿੱਠੀ ਲਿਖੀ ਹੈ ਮਨਜਿੰਦਰ ਸਰਸੇਨੇ ਨੂੰ ਵੀ ਤੁਸੀਂ ਆਪਣੇ ਪੈਸੇ ਵਾਪਸ ਕਰੋ ਕਿ ਤੁਸੀਂ ਇੰਨੇ ਲੈ ਗਏ ਹਾਂ। ਇਹ ਮੈਂ ਤੁਹਾਨੂੰ ਖੱਪੜ ਕੇ ਸੁਣਾ ਦਿੰਦਾ ਕਿ ਯੂ ਐਸ ਏ ਡਾਲਰ ਲਏ 6500, ਯੂ ਕੇ ਡਾਲਰ ਲਏ ਇਹਨਾਂ 2150, ਯੂਰੋ ਲਏ 1000, ਕੈਨੇਡੀਅਨ ਡਾਲਰ ਲਏ 2600 ਅਤੇ ਮਲੇਸ਼ੀਅਨ ਡਾਲਰ ਲਏ ਇਹਨੇ 576। ਇਹ ਸਾਰੇ ਡਾਲਰ ਬਗੈਰ ਕਿਸੇ ਲਿਖ ਤੋਂ, ਬਗੈਰ ਕਿਸੇ ਐਂਟਰੀ ਤੋਂ ਇਹ ਉਹਦੇ ਕੋਲ ਲੈ ਕੇ ਜੀਵਨ ਕੋਲ ਉਹਦੇ ਪੀਏ ਕੁੰਡਾ ਰੱਖਿਆ ਸੀ ਆਪਣੇ ਘਰ ਦਾ ਪੀਏ ਉਹ ਕੋਲ ਲੈ ਕੇ ਅਤੇ ਬਾਹਰ ਲੱਗੇ। ਜਦੋਂ ਪੁੱਛਿਆ ਤਾਂ ਅੱਗੇ ਉਹ ਕਹਿੰਦਾ ਮੈਂ ਧਰਮ ਪ੍ਰਚਾਰ 'ਤੇ ਖਰਚ ਕਰਦੇ ਆ। ਜਿਹੜੇ ਧਰਮ ਪ੍ਰਚਾਰ 'ਤੇ ਖਰਚ ਕੀਤੇ ਆ ਕੋਈ ਕਿਤਾਬ ਕੋਈ ਦਿੱਤੀ ਆ ਦਾ ਕੋਈ ਕੀ ਦਿੱਤਾ ਕੁਰਸੀ ਦਾ ਪਿੰਡਾਂ ਕੱਖ ਨੇ ਉਹ ਸਾਰਾ ਸਾਰਾ ਡਾਲਰ ਇਹ ਹਜ਼ਮ ਕਰ ਗਿਆ। ਦੂਜਾ 50 ਲੱਖ ਰੁਪਈਆ ਫਿਰ ਗੱਲਾਂ ਸਾਰੀਆਂ ਸੁਣ ਲੈਣਾ ਜੀ ਧਰਮ 50 ਲੱਖ ਰੁਪਇਆ ਖਜ਼ਾਨੇ ਤੋਂ ਸਿੱਧਾ ਕੱਢਿਆ ਨੇ ਕਿਹੜੇ ਆਪਣੇ ਪੀ ਏ ਨੂੰ ਫੋਨ ਕੀਤਾ ਵੀ ਮੈਨੂੰ 50 ਲੱਖ ਰੁਪਇਆ ਚਾਹੀਦਾ ਅਤੇ ਇਹ ਗੱਲ ਅੱਜ ਤੱਕ ਜਿਉਂ ਦੀ ਹਿਸਟਰੀ ਜਦੋਂ ਦੀ ਆ ਬਣੀ ਆ ਦਿੱਲੀ ਗੁਰਦੁਆਰਾ ਕਮੇਟੀ ਅੱਜ ਤੱਕ ਜਿੰਨੇ ਪ੍ਰਧਾਨ ਬਣੇ ਆ ਕਿਸੇ ਦੀ ਹਿੰਮਤ ਅਤੇ ਜ਼ਰੂਰਤ ਨਹੀਂ ਪਈ ਕਿ ਕੋਈ ਗੁੱਧ ਵਿੱਚੋਂ ਪੈਸਾ ਕੱਢ ਜਾਏ। ਮੇਰੇ ਝਗੜੇ ਰਹੇ ਅਸੀਂ ਜਸਵੰਤ ਸਿੰਘ ਕਾਲਕਾਰਾਂ ਝਗੜੇ ਕਰਦੇ ਰਹੇ ਦੂਜਿਆਂ ਨੇ ਕਰਦੇ ਲੇਕਿਨ ਗੋਲਕ ਬੈਂਕ ਆਉਂਦਾ ਸੀ ਗ੍ਰੈਂਡਲੇ ਬੈਂਕ ਆ ਕੇ ਅਤੇ ਪੈਸੇ ਉੱਥੋਂ ਚੁੱਕ ਕੇ ਗੁਰਦੁਆਰੇ ਤੋਂ ਹੀ ਉੱਥੋਂ ਚੱਕ ਕੇ ਗੱਡੀਆਂ 'ਚ ਰੱਖ ਕੇ ਅਤੇ ਰਸੀਦ ਦੇ ਕੇ ਜਾਂਦੇ ਸੀ ਪੈਸੇ ਬੈਂਕਾਂ 'ਚ ਜਾਂਦੇ ਸੀ। ਇਹ ਕੀ ਕਰਦੇ ਸੀ ਵੀ ਹੈਰਾਨ ਹੋ ਜਾਓਗੇ ਕਦੀ ਦਾ ਹੋ ਸਕਦੀ ਆ 1 ਕਰੋੜ ਦੀ ਗੋਲਕ ਖੁੱਲੀ ਆ ਜਿੰਦਾ ਨਹੀਂ ਧਿਆਨ ਦਾ ਸੁਣ 1 ਕਰੋੜ ਦੀ ਗੋਲਕ ਖੁੱਲਦੀ ਆ ਗੋਲਕ ਚੁੱਕ ਕੇ ਮੰਗਲਾ ਸਾਹਿਬ ਜਿੱਥੇ ਆ ਰਿਹਾ ਰਕਾਬਾਂ 'ਚ ਉਹਦੇ 'ਚੋਂ ਘਰ ਪਲਕ ਮੰਗਵਾ ਲਿਆ 25 ਲੱਖ ਭੇਜ ਦਿਓ 20 ਲੱਖ ਭੇਜ ਦਿਓ 30 ਲੱਖ ਭੇਜ ਦਿਓ ਮੁੜ ਕੇ ਫਿਰ ਬਿੱਲ ਪਾ ਦਿਓ ਉਹਨੂੰ ਕੋਈ 1 ਦਾ ਕੋਈ 1 ਦਾ ਕੋਈ 1 ਦਾ ਪੂਰੇ ਕਰੋ ਚਲੋ ਫਿਰ ਦੂਜੀ ਗੋਲ ਕਰੀ ਉਹ ਜਿੰਨੇ ਕੁ ਬੱਚੇ ਜਮ੍ਹਾਂ ਕਰਾਤੇ ਇੱਦਾਂ ਹਰ ਗੋਲ ਵਿੱਚ ਕਦੇ ਜ਼ਿੰਦਗੀ ਗੋਲ ਕਰਾਏ 'ਤੇ ਆਈ ਅਤੇ ਨਾ ਇੱਥੇ ਪੈਸੇ ਕੱਢੇ ਗਏ। ਆਹ ਦੇਖੋ ਜਿਹੜੇ ਸਾਡੇ ਕੋਲ ਕੇਸ ਆ ਇਹਨੇ ਜੀਵਨ ਨੂੰ ਕਿਹਾ ਵੀ ਰੁਪਇਆ 50 ਲੱਖ ਚਾਹੀਦਾ ਜੀਵਨ ਨੇ 50 ਲੱਖ ਰੁਪਇਆ ਕੱਢਿਆ ਅਤੇ ਉਹ 50 ਲੱਖ ਕੱਢ ਕੇ ਇਹਨੂੰ ਦੇ ਦਿੱਤਾ ਦੇਖੋ ਆਹ ਰਸੀਦ ਆ ਅਤੇ ਉਹਨੇ ਆਪਣੇ ਸੈਨ ਕੀਤੇ ਇਹਦੇ 'ਤੇ ਆਹ ਰਸੀਦ ਦੇ ਉੱਤੇ 50 ਲੱਖ ਦੂਜਾ ਫਿਰ ਮੰਗਿਆ 7 ਤਰੀਕ ਨੂੰ 7/11/15 ਨੂੰ 30 ਲੱਖ ਫਿਰ ਕੱਢਿਆ ਉਹਨੇ ਅਤੇ 30 ਲੱਖ ਰੁਪਇਆ ਉਹ ਵੀ ਇਹਨੂੰ ਦਿੱਤਾ ਜਾ ਕੇ 80 ਲੱਖ ਰੁਪਇਆ ਕੈਸ਼ ਗੋਲ ਵਿੱਚੋਂ ਕੱਢ ਕੇ ਲੈ ਜਾਣਾ ਕੋਈ ਪਰਚਾ ਨਹੀਂ ਕੋਈ ਰਸੀਦ ਨਹੀਂ ਕੋਈ ਪੁੱਛ ਨਹੀਂ ਕੋਈ ਪੜਤਾਲ ਨਹੀਂ ਕੋਈ ਹਾਂਜੀ ਇਹ ਹੈਗਾ ਜੀ ਡੇਟਾ ਇਹ ਸਾਰੀ ਅਰਜ਼ੀਆਂ ਮਹਾਰਾਜ ਜੀ 23/11/15 ਅਤੇ ਇਹ ਹੈਗਾ ਜੀ 23/11/15 ਦੋ ਦਿਨਾਂ ਦੇ ਵਿੱਚ ਇਹ 80 ਲੱਖ ਰੁਪਇਆ ਇਹ ਕੱਢ ਕੇ ਲੈ ਗਿਆ ਇਹ ਸਿੱਧਾ ਨਾਲ ਨੇ ਇਹ ਕੱਢਿਆ ਜੀਵਨ ਨੇ ਜੀਵਨ ਦੇ ਪੈਸੇ ਦੇ ਘਰ ਪਹੁੰਚਾਏ ਜੀਵਨ ਦੇ ਕੋਲ ਅਜੇ ਵੀ 9 ਲੱਖ ਰੁਪਇਆ ਲੈਣਾ ਗੁਰਦੁਆਰਾ ਕਮੇਟੀ ਨੇ ਉਹ ਕਹਿੰਦਾ ਨਹੀਂ ਮੇਰੇ ਕੋਲ ਹੈ ਨਹੀਂ ਕੋਈ ਅੱਗੇ ਜਾ ਇਹ ਹੋਇਆ ਜੀ ਫਿਰ ਇਹ ਨਕਲੀ ਬਿੱਲ ਬਣਾ ਕੇ 1 ਦਿਨ ਦੇ ਵਿੱਚ ਹੁਣ ਆਹ ਦੇਖੋ ਤੁਸੀਂ ਇੱਕੋ ਦਿਨ 'ਚ ਸਵੇਰੋਂ ਸ਼ਾਮ ਤੱਕ 20 ਲੱਖ ਦਾ ਪਾਣੀ ਪੀਤਾ ਗਿਆ ਪਾਣੀ ਦੇ ਬਿੱਲ ਕੈਸ਼ ਕੱਢਿਆ ਵੀ 20 ਲੱਖ ਕੈਸ਼ ਆ ਕਾ ਪਾਣੀ ਦਾ ਬਿੱਲ ਆ ਪਾਣੀ ਅਤੇ ਸਬਜ਼ੀ ਇੱਕੋ ਦਿਨ ਬਿੱਲ ਪਾਤਾ ਸਾਰਾ ਹੀ 20 ਲੱਖ ਕਢਾਇਆ ਅਤੇ ਬਿੱਲ ਪਾ ਕੇ ਇੱਕੋ ਦਿਨ 'ਚ ਉੱਥੇ ਪੀਤਾ ਗਿਆ ਖਾਧਾ ਗਿਆ ਕਿੱਥੇ ਗਿਆ ਨਾ ਉਹਦਾ ਕੋਈ ਚੀਜ਼ ਨਾ ਪਰਚਾ ਇਹਨੂੰ ਦਿੱਤਾ ਕਿੱਥੇ ਚਲਾ ਗਿਆ ਕੋਈ ਪਤਾ ਨਹੀਂ ਇਹ ਨਾਲ ਸਮੂਹ ਨੇ ਸਾਰੇ ਉਹਨਾਂ 'ਚ ਜਾਂਦੇ ਇੱਕ ਦਿਨ ਇਹ ਅਜੇ ਵੀ ਧਰਮਸ਼ਾਲਾ 'ਚ ਬੈਠਾ ਹੈ ਅਜੇ ਵੀ ਉੱਥੇ ਗੁਣ ਗਾਉਂਦਾ ਕਿ ਮੈਂ ਮਹਾਨ ਹਾਂ ਮੇਰੀ ਕਲੋਜ਼ਰ ਰਿਪੋਰਟ ਹੋ ਰਹੀ ਹੈ ਜੀ ਹੈ ਅੱਗੇ ਆ ਗਿਆ 13,65,000 ਰੁਪਇਆ ਲਿਆ ਇਹ 13 ਲੱਖ ਤੁਸੀਂ ਸੋ ਸਾਰੀ ਸ਼ਰਮ ਡੁੱਬ ਕੇ ਮਰ ਜਾਣ ਜੀ ਕਰਦਾ ਇੱਧਰ ਦੇਖੋ ਇੱਧਰ ਯਾਰ ਤੂੰ ਇੱਧਰ ਗੱਲ ਫੋਨ ਕੀ ਕਰਦਾ ਇੱਧਰ ਦੇਖੋ ਤੂੰ ਮੇਰੇ 'ਚ ਗੱਲ ਹੀ ਲਾਈ ਆ ਆਹ 13,65,000 ਬੱਸਾਂ ਨੂੰ ਦਿੱਤਾ ਇਹਨੇ ਬਈ ਬੱਸ ਉਹਦੇ ਵਿੱਚ ਮੱਖਣ ਸ਼ਾਹ ਲਵਾਣਾ ਹਾਲ ਵਿੱਚ ਲੱਖੀ ਜਾਣ ਬੜਜਾਲਾ ਹਾਲ 'ਚ ਇੱਕ ਬਹੁਤ ਵੱਡਾ ਫੰਕਸ਼ਨ ਹੋ ਰਿਹਾ ਉਹਦੇ ਵਾਸਤੇ ਬੱਸਾਂ ਆਈਆਂ ਨਾ ਫੰਕਸ਼ਨ ਹੋਇਆ ਨਾ ਬੱਸਾਂ ਆਈਆਂ ਨਾ ਕੁਝ ਹੋਇਆ ਇਹ ਆ ਹੀ ਬਿੱਲ ਅਤੇ ਬਣਾ ਕੇ 13,65,000 ਕੱਚੀ ਕੱਚੀ ਬੜਾ ਘਰ ਲੈ ਗਿਆ ਸਤਿ ਸ਼੍ਰੀ ਅਕਾਲ ਜੀ ਨਾ ਕੋਈ ਬਿੱਲ ਨਾ ਪਰਚਾ ਨਾ ਲੈਣੀ ਨਾ ਦੇਣੀ ਨਾ ਬੱਸ ਨਾ ਪ੍ਰੋਗਰਾਮ ਇਸ ਤੋਂ ਵੱਡਾ ਫਰਾਡ ਮੈਂ ਸਮਝਦਾ ਹੋਰ ਕੀ ਹੋ ਸਕਦਾ 13,65,000 ਟੋਟਲ ਮੈਂ ਦੱਸੂ ਸਾਰਾ ਫਿਰ ਪਹਿਲਾਂ ਪੂਰੇ ਕਰ ਲੈਣਗੇ ਅੱਛਾ ਅੱਗੇ ਚੱਲ ਜੀ ਅੱਗੇ ਆਏ ਜੀ
ਜਾਇਦਾਦ ਆ ਜੀ, ਇੱਕ ਜਾਇਦਾਦ ਸੀ ਕਰੋਲ ਬਾਗ ਦੇ ਵਿੱਚ, ਉਹ ਜਾਇਦਾਦ ਸੀ ਇਹਦੇ ਸਹੁਰਿਆਂ ਦੇ ਕਿਸੇ ਘਰ ਰਿਸ਼ਤੇਦਾਰ ਨੇ, ਉਹ ਜਨਾਨੀ ਨੇ ਗੁਰਦੁਆਰੇ ਨੂੰ ਦਾਨ ਦੇ ਦਿੱਤੀ। ਜਦੋਂ ਅਸੀਂ ਕਹਿੰਦੇ ਹਾਂ ਨਾ 300-400 ਕਰੋੜ ਤੇ ਲੋਕ ਕਹਿੰਦੇ ਕਰੋੜੇ ਦੇ ਕਿੱਦਾਂ ਬਣ ਗਏ, ਇੱਦਾਂ ਬਣੇ। ਉਹ ਜਿਹੜੀ ਜ਼ਮੀਨ ਸੀ ਉਹ ਜਨਾਨੀ ਬਿਮਾਰ ਹੋ ਗਈ, ਉਹ ਬਿਮਾਰ ਹੋ ਗਈ ਅਤੇ ਘਰ ਤੋਂ ਤਾਂ ਕਰਾਉਣ ਵਾਲਾ ਸੀ, ਅਤੇ ਚੱਕ ਕੇ ਲੈ ਗਏ ਉਹ ਬਾਲਾ ਸਾਹਿਬ ਗੁਰਦੁਆਰੇ ਹਸਪਤਾਲ 'ਚ, ਇੱਥੇ ਲੈ ਜਾਂਦੇ ਗੰਗਾ ਰਾਮ 'ਚ ਇਲਾਜ ਕਰਾਉਂਦੇ, ਇੱਥੇ ਨਹੀਂ ਲਗਾਇਆ, ਉਹਨੂੰ ਉੱਥੇ ਲੈ ਕੇ ਗਏ, ਉੱਥੇ ਲਿਜਾ ਕੇ ਔਰ ਉਹਦੇ ਕੋਲੋਂ ਉਹਦੇ ਕੋਲੇ ਬੇਹੋਸ਼ੀ ਦੀ ਹਾਲਤ ਵਿੱਚ ਉਹਦਾ ਅੰਗੂਠਾ ਲਵਾ ਲਿਆ। ਅੰਗੂਠਾ ਲਵਾ ਕੇ ਉਹਦੀ ਵਸੀਅਤ ਉੱਧਰੋਂ ਕੈਂਸਲ ਕਰਾ ਕੇ ਆਪਣੇ ਨਾਂ ਕਰਾ ਲਏ, ਔਰ ਪੇਪਰ ਸਾਰੇ ਤਿਆਰ ਕੀਤੇ ਹੋਏ ਸੀ, ਉਹ ਪੇਪਰ ਕਰਾ ਕੇ ਆਪਣੇ ਬੰਦੇ ਨਾਂ ਕਰਵਾ ਕੇ ਉਹ ਪ੍ਰਾਪਰਟੀ ਸਾਰੇ ਇਹ ਲੈ ਗਿਆ ਗੁਰਦੁਆਰੇ ਦੇ ਨਾਲ ਕੈਂਸਲ ਕਰਾਤੀ। ਹੁਣ ਉਹ ਪ੍ਰਾਪਰਟੀ ਪਈ ਆ, ਕੋਈ ਕਹਿੰਦਾ 140 ਕਰੋੜ ਵੱਟ ਕੇ ਲੈ ਗਿਆ, ਕੋਈ ਕਹਿੰਦਾ ਨਹੀਂ ਅਸੀਂ ਵੱਟੇ ਹੋਏ ਆ ਅਤੇ ਇਹਦੇ ਕੋਲ ਹੀ ਆ। 140 ਕਰੋੜ ਦੀ ਪ੍ਰਾਪਰਟੀ ਉਹ ਲੈ ਗਿਆ ਗੁਰਦੁਆਰੇ ਨੂੰ ਦਿੱਤੀ ਹੋਈ, ਆਪ ਖੋਹ ਕੇ ਲੈ ਗਿਆ, ਆਪ ਅੰਗੂਠਾ ਲਵਾ ਕੇ ਆਪ ਲਵਾਇਆ ਨਹੀਂ ਅੰਗੂਠਾ। 140 ਕਰੋੜ ਦੀ ਦੱਸਿਆ ਮੈਨੂੰ ਕਰੋੜ ਬਾਗ ਗੁਹਾਰ ਮਾਰਕੀਟ ਮੈਂ ਅੱਗੇ ਚਲੋ ਜੀ ਅੱਗੇ ਆਏ। ਦਿੱਲੀ ਕਮੇਟੀ ਉਹ ਦਾਨ ਦਿੱਤੀ ਜ਼ਮੀਨ ਦਾ ਜਿਹੜੀ ਉਹ ਦਿੱਲੀ ਕਮੇਟੀ ਦਿੱਤੀ ਸੀ ਉਹਦਾ ਮਾਲਕ ਬਣ ਕੇ ਬਹਿ ਗਿਆ, ਆਈ ਸੀ ਦਾਨ ਦੇ ਵਿੱਚ ਉਹ। ਹੁਣ ਇਹ ਆ ਜੀ ਅਗਲਾ ਕੰਮ ਜਿਹੜਾ ਵੀ ਆ ਕੇਸ ਚੱਲ ਰਿਹਾ, ਸੁਣ ਲਾ ਮੇਰੀ ਗੱਲ, ਤੁਹਾਨੂੰ ਬੇਨਤੀ ਕਰਾਂਗੇ ਕਿ ਸੁਣਾਈਆਂ ਤਾਂ ਹੈ ਨਹੀਂ ਅੱਜ ਤੱਕ, ਮੈਂ ਸੁਣਾ ਰਿਹਾ ਪਹਿਲੀ ਵਾਰੀ ਗੱਲ ਸਾਹਮਣੇ ਆ। 51 ਲੱਖ ਵਿਦੇਸ਼ ਤੋਂ ਆਇਆ ਉਹ ਕਾਗਜ਼ ਬਦਲ ਕੇ ਜੀ ਕੇ ਨੇ ਉਹ ਪੈਸਾ ਆਪ ਕੱਢ ਲਿਆ ਅਤੇ ਸਾਨੂੰ ਕਿਹਾ ਕਿ ਪੈਸੇ ਕੋਈ ਪੈਸਾ ਕੋਈ ਆਇਆ ਹੀ ਨਹੀਂ, ਪੈਸੇ ਫੜੇ ਕਰ ਅੱਜ ਦੇਖੋ ਦਿੱਤਿਆ। 51 ਲੱਖ ਵਿਦੇਸ਼ ਤੋਂ ਆਇਆ ਉਸਦੇ ਕਾਗਜ਼ ਬਦਲ ਕੇ ਜੀ ਕੇ ਨੇ ਉਹ ਪੈਸਾ ਆਪ ਕੱਢ ਲਿਆ, ਲੈ ਗਿਆ, ਸਾਨੂੰ ਕਿਹਾ ਪੁੱਛਿਆ ਤਾਂ ਕਹਿੰਦਾ ਪਹਿਲਾਂ ਤਾਂ ਆਏ ਕੋਈ ਨਹੀਂ, ਹੁਣ ਉਹ ਪੈਸਾ ਫੜਿਆ ਗਿਆ, ਉਹ ਕੇਸ ਆ। ਅਗਲੀ ਗੱਲ ਹਾਂਜੀ, ਤਕਰੀਬਨ 50 ਲੱਖ ਦੇ ਨਕਲੀ ਬਿੱਲ ਬਣਾਏ ਜਾਂ ਕੇਸ ਚੱਲਦਾ ਕਿਤਾਬਾਂ ਦੇ, ਕੋਈ ਕਿਤਾਬ ਛਪੀ ਨਹੀਂ, ਕੋਈ ਕਿਤਾਬ ਆਈ ਨਹੀਂ, ਸਾਹਮਣੇ ਗਵਾਹ ਬੈਠੇ ਆ, ਸਾਹਮਣੇ ਸਾਰੀ ਐਵੀਡੈਂਸ ਆ। 50 ਲੱਖ ਰੁਪਏ ਦੀਆਂ ਕਿਤਾਬਾਂ ਦੇ ਬਿੱਲ ਝੂਠੇ ਪਾ ਕੇ ਅਤੇ ਉਹ ਇੱਕੋ ਦਿਨ ਆਰਡਰ ਦਿੱਤਾ, ਇੱਕੋ ਦਿਨ ਹੀ ਪੇਮੈਂਟ ਕੀਤੀ ਗਈ, ਅਤੇ 50 ਲੱਖ ਦੀਆਂ ਕਿਤਾਬਾਂ ਵੀ ਛਪਣੀਆਂ ਸੀ, ਟਾਈਮ ਵੀ ਲੱਗਣਾ ਸੀ, ਮਹੀਨੇ ਲੱਗਣੇ ਸੀ। ਯਾਰ ਐਡਾ ਵੱਡਾ ਗੱਲ ਕਿਹੜੀ ਕਰਾਂ ਮਾਰਦੇ, ਜੇ ਕੋਲ ਅਲਾਜ ਦਾ ਚਿਰਾਗ ਹੈ ਕਿ ਰਾਤੋਂ ਰਾਤ ਛਪਾ ਲਈ ਦਾ ਸਾਰਾ ਕੁਛ, ਕਿਤਾਬਾਂ ਛਪ ਗਈਆਂ ਰਾਤੋਂ ਰਾਤ ਛਪ ਗਈਆਂ, ਰਾਤੋਂ ਰਾਤ ਪੇਮੈਂਟ ਕੀਤੀ ਗਈ 50 ਲੱਖ ਰੁਪਏ ਦੀ, ਜਿਹੜਾ ਕੋਰਟ ਕੇਸ ਚੱਲਦਾ ਉਹ 50 ਲੱਖ ਝੂਠਾ ਬਿੱਲ ਬਣਾ ਕੇ ਇਹਨੇ ਉਹ 50 ਰੁਪਇਆ ਕੱਢ ਕੇ ਲੈ ਗਿਆ। ਅੱਗੇ ਆ ਗਿਆ ਕਿ ਇੱਕ ਇਹਨੇ ਆਪਣੀ ਬੇਟੀ ਨੂੰ ਪੈਸੇ ਦੇਣ ਲਈ ਨਵਾਂ ਰਸਤਾ ਲੱਭਾ, ਬੰਦ ਕੰਪਨੀ ਸੀ ਉਹ, ਜੋ ਇਸਦੇ ਘਰ ਦੇ ਐਡਰੈਸ ਦੇ ਉੱਤੇ ਆ ਉਸ ਨੂੰ ਇਹਨੇ ਉੱਥੇ ਦਾ ਬਿੱਲ ਬਣਾਇਆ ਦਸਤਾਨਿਆਂ ਅਤੇ ਜਰਾਬਾਂ ਦਾ, ਲੱਖਾਂ ਰੁਪਏ ਦੇ ਬਿੱਲ ਬਣਾਏ, ਲੱਖਾਂ ਦੇ ਕਿ ਲੱਖਾਂ M-103 'ਤੇ, M-103 ਐਡਰੈਸ ਉੱਤੇ ਲਿਖਿਆ 103 'ਤੇ ਲੱਖਾਂ ਦੇ ਬਿੱਲ ਬਣਾ ਕੇ ਉੱਥੋਂ ਸਾਰੀ ਪੇਮੈਂਟ ਨੰਬਰ ਨੋਟ ਕਰਕੇ ਲੈ ਜਾਂਦਾ। ਦੇਖ ਲਈ ਜੇ ਭੁੱਲ ਗਿਆ ਤਾਂ ਮੈਂ ਦੇਖ ਲਈ ਬਿੱਲ ਤਰੀਕਾ, ਮੈਂ ਪ੍ਰਤਾਪ ਨੂੰ ਪ੍ਰਮਾਣ ਦੀ ਲੋੜ ਨਹੀਂ, ਜਿਹੜੀ ਮੈਂ ਗੱਲ ਕਹਿੰਦਾ ਕੋਨਫੀਡੈਂਸ ਦਾ ਕਹਿੰਦਾ, ਮੈਨੂੰ ਇਹ ਪਤਾ ਹੈ। ਅੱਗੇ ਅੱਗੇ ਮੈਨੂੰ ਇਹ ਪਤਾ ਹੈ ਕਿ ਮਨਜੀਤ ਸਿੰਘ ਕਹਿ ਗਿਆ ਕਿ ਮੈਂ ਵਕਤ ਆਉਣ 'ਤੇ ਦੱਸਾਂਗਾ, ਮੈਂ ਬਰਗਾੜੀ ਜਾਂ ਡੇਰੇ ਦੀਆਂ ਗੱਲਾਂ ਕਰੇਗਾ, ਆਪਣੀ ਚੋਰੀ ਛਪਾਉਣ ਲਈ ਪੰਜਾਬ ਦੀਆਂ ਹੋਰ ਕਹਾਣੀਆਂ ਪਾਊਗਾ, ਗੱਲ ਆਸੇ ਪਾਸੇ ਹੋ ਜਾਏ। ਹੁਣ ਮੇਰੀ ਸੰਗਤ ਨੂੰ ਅਪੀਲ ਹੈ ਕਿ ਮੈਂ 1-60 ਲੱਖ ਰੁਪਈਆ ਇਹਨ ਫਤਿਹ ਟੀਵੀ ਨੂੰ ਦਿੱਤਾ, ਨਾ ਉਹ ਕਿਤੇ ਗਿਆ ਨਾ ਆਇਆ, ਪੁੱਛੋ ਕਿਸ ਗੱਲ ਨੇ ਦਿੱਤਾ 60 ਲੱਖ ਰੁਪਈਆ, ਉਹ 60 ਲੱਖ ਫਤਿਹ ਟੀਵੀ ਵਾਲਾ ਚੈਨਲ ਨੇ ਦਿੱਤਾ। ਉਹ ਕਹਿੰਦੇ ਸਾਡੇ ਕੋਲ ਆਇਆ ਹੀ ਨਹੀਂ। ਉਹ ਬੀਬੀ ਨੂੰ ਮੈਂ ਪੁੱਛਿਆ, ਮੈਂ ਕਿਹਾ ਤੂੰ ਬੀਬੀ 60 ਲੱਖ ਕਾਹਦਾ ਲੈ ਗਈ ਹੈ, ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ 60 ਲੱਖ ਉਹਦੇ ਰਾਜ ਪਿਆ ਹੋਇਆ, ਅਤੇ 60 ਲੱਖ ਦਾ ਤੇਲ ਵਾਲਾ ਨੇ ਆਪਣਾ ਘਰ ਦਾ ਜਾਂ ਗੱਡੀ 'ਚ ਪਾਲਿਆ ਤੇਲ, 60 ਲੱਖ ਦਾ ਤੇਲ ਵਾਲਿਆ ਨੇ, 1 ਰੁਪਈਆ ਤੇਲ ਨਹੀਂ ਪਾਇਆ ਕਰੋ ਇਹਨਾਂ 'ਚ। ਇਹ 3 ਚੀਜ਼ਾਂ ਮੇਰੇ ਹੁਣ ਆਖਿਰ 'ਤੇ ਮੈਂ ਬੇਨਤੀ ਕਰਨੀ ਚਾਹੁੰਦਾ
ਤੁਹਾਡੇ ਸਾਰੇ ਭਰਾਵਾਂ ਦੇ ਅੱਗੇ ਕਿ ਜੇ ਤੂੰ ਬੜੀਆਂ ਗੱਲਾਂ ਅਤੇ ਡਿੱਗਾਂ ਮਾਰੀਆਂ ਸਟੇਜਾਂ 'ਤੇ ਖਲੋ ਖਲੋ ਕੇ, ਮੈਂ ਜਥੇਦਾਰ ਸੰਤੋਖ ਸਿੰਘ ਦਾ ਪੁੱਤ ਹਾਂ, ਕਿ ਤੇਰੇ ਗੁਰੂ ਦੇ ਘਰ ਜੇ ਕੋਈ ਹੱਥ ਲਾਉਣ ਲੱਗਾ ਤੇਰੇ ਹੱਥ ਨਹੀਂ ਸੜੇ, ਤੈਨੂੰ ਸ਼ਰਮ ਨਹੀਂ ਆਈ, ਤੈਨੂੰ ਜਦਾਂ ਵੀ ਤੇਰੀ ਆਤਮਾ ਨਹੀਂ ਹਿੱਲੇ, ਤੈਨੂੰ ਕਾਂਬਾ ਨਹੀਂ ਛਿੜਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪੈਸਾ ਕਿੰਨੇ ਦੁਖੀ ਲੋਕਾਂ ਨੇ ਕਿੰਨੇ ਕਿੰਨੇ ਵੱਡੇ ਦਾਰੇ ਜਿਹੜੇ ਤੂੰ ਕਰ ਲਿਆ ਕਿ ਲੋਕ ਲੁੱਟ ਕੇ ਜਾ ਰਹੇ, ਤੇਰੀ ਆਤਮਾ ਤੜਫੀ ਨਹੀਂ, ਇਸ ਤੋਂ ਵੱਡਾ ਬੇਸ਼ਰਮ ਸਰ ਹੋਰ ਕੋਲ ਹੋ ਸਕਦਾ ਜਾਂ ਗੁਰੂ ਦੇ ਗੁਰ ਲਿਜਾ ਕੇ ਲੁੱਟ ਕੇ ਘਰ ਲਿਜਾ ਕੇ ਅਤੇ ਉਸਦੇ ਬਾਵਜੂਦ ਫਿਰ ਗੁੱਛਾ ਪਾ ਦੇ ਕੇ ਅਤੇ ਲਾਲ ਲੱਗ ਜਾਂਦੇ ਮਾਲ ਪਾ ਕੇ ਤੁਰਿਆ ਫਿਰਦਾ, ਏਡੀ ਮੋਟੀ ਚਮੜੀ? ਤਾਂ ਫਿਰ ਪੁੱਛਿਆ ਕਹਿੰਦਾ ਮੇਰੀ ਚਮੜੀ ਬਹੁਤ ਮੋਟੀ ਆ, ਕਹਿੰਦਾ ਮੇਰੀ ਤਾਂ ਬਾਹਮਣ ਦੇ ਕਿਸੇ ਪਿੱਛੇ ਲੱਗਾ, ਕਹਿੰਦਾ ਮੇਰੀ ਬੜੀ ਲਿਖ ਰੇਖਾ ਲੱਗੀ, ਮੇਰੇ ਕੱਖ ਨਹੀਂ ਹੋ ਸਕਦਾ, ਰੇਖਾ ਰੁਖਾ ਬਣੀ ਨਾ ਸਾਰੀਆਂ, ਫਿਰ ਕਿੱਥੋਂ ਚਮੜੀ? ਜੇ ਚਮੜੀ ਮੋਟੀ ਤਾਂ ਕਿਸੇ ਬੈਂਕ ਨੂੰ ਲੁੱਟ, ਫਿਰ ਜੇ ਚਮੜੀ ਲੁੱਟੀ ਸਰਕਾਰ ਨੂੰ ਲੁੱਟ, ਤੂੰ ਗੁਰੂ ਕੋਲ ਲੁੱਟਿਆ, ਗੁਰੂ ਘਰ ਲੁੱਟ ਕੇ ਵੀ ਤੁਰਿਆ ਫਿਰਦਾ। ਇਹ ਜਿੰਨੇ ਡਰਾਮੇ ਹੁਣ ਕਰਕੇ ਇਹ ਕਰੂੰਗਾ ਮੈਂ, ਉਹ ਕਰੂੰਗਾ, ਇਹ ਮੈਂ ਸੰਗਤ ਨੂੰ ਅਪੀਲ ਕੀਤੀ ਇਹਦੇ ਵਿੱਚ ਕਿ ਇਹਨੂੰ ਪੁੱਛੋ, ਇਹ ਜਿੰਨਾ ਗੱਲਾਂ ਦੇ ਜਵਾਬ ਹੈ ਤਾਂ ਛਾਪਣੇ ਆ, ਇਹਨੂੰ ਪੁੱਛੋ ਕਿ ਪੈਸਾ ਕਿੱਥੇ ਗਿਆ, ਤੈਨੂੰ ਅਸੀਂ ਕੈਨੇਡਾ ਤੋਂ ਪੈਸੇ ਭੇਜੇ, ਸਾਨੂੰ ਹਿਸਾਬ ਦੇ, ਹਜੇ ਦਾ ਹਿਸਾਬ ਨਹੀਂ ਦਾ ਮੈਨੂੰ, ਸਾਨੂੰ ਹਿਸਾਬ ਲੱਭਾ ਨਹੀਂ, 115 ਨੰਬਰ ਅਕਾਊਂਟ ਹੈ ਜਿੱਥੇ ਜਿਹੜਾ ਬਣਿਆ ਤੁਹਾਡਾ 84 ਦਾ ਯਾਦਗਾਰ ਬਣੀ ਆ, ਇਹਦਾ ਅਕਾਊਂਟ ਖੋਲਿਆ, ਇਹਨੇ ਪਤਾ ਨਹੀਂ ਕਿਹੜੀ ਬੈਂਕ 'ਚ ਖੋਲਿਆ, ਮੇਰੇ ਸਾਹਮਣੇ ਖੋਲਿਆ, ਮੈਂ ਉਹ ਸੁਣਦਾ ਪਿਆ ਸੀ, ਉਹ ਅੱਜ ਤੱਕ ਹੀ ਲੱਭਾ ਪੈਸਾ, ਲੋਕ ਬਾਹਰੋਂ ਲੱਖਾਂ ਭੇਜੀ ਜਾਂਦੇ ਆ, ਇਹ ਕੱਢ ਕੱਢ ਕੇ ਖਾਈ ਜਾਂਦੇ ਆ, ਮੇਰੇ ਕੋਲ ਉੱਥੋਂ ਬੀਬੀ ਦੇ ਫੋਨ ਆਏ ਕਲਕੱਤਾ ਅਮਰੀਕਾ ਤੋਂ ਵੀ ਇਹ ਮੈਂ 80 ਲੱਖ ਦਿੱਤਾ, ਕੋਈ ਕਹਿੰਦੇ ਮੈਂ 40 ਲੱਖ ਦਿੱਤਾ ਸੀ, ਉਹ ਪੈਸਾ ਗਿਆ ਕਿੱਥੇ? ਉਹ ਪੈਸਾ ਬਾਹਰੋਂ ਭਾਵੇਂ ਹਰਮ ਕਰਦਾ ਰਿਹਾ, ਤੂੰ ਗੁਰਦੁਆਰਾ ਵੀ ਲੁੱਟ ਲਿਆ, ਤੂੰ ਬਾਹਰ ਲੋਕ ਲੁੱਟ, ਤੂੰ ਵਿਸ਼ਵਾਸ ਲੁੱਟ ਲਿਆ, ਤੂੰ ਕੌਮ ਦਾ ਵਿਸ਼ਵਾਸ ਕੀਤਾ ਲੁੱਟਿਆ, ਤੂੰ ਸੰਗਤ ਦਾ ਵਿਸ਼ਵਾਸ ਲੁੱਟਿਆ, ਤੂੰ ਸਿੱਖੀ ਦਾ ਵਿਸ਼ਵਾਸ ਲੁੱਟਿਆ, ਤੂੰ ਭਗਤਾਂ ਦੇ ਮਨ ਗੁਰੂ ਦੇ ਸਿੱਖਾਂ ਦੇ ਮਨ ਨੂੰ ਸਰਤ ਮਾਰੀ ਆ, ਤੇਰੀ ਆਤਮਾ ਨੂੰ ਸ਼ਰਮ ਨਹੀਂ ਆਈ, ਤੈਨੂੰ ਅਸਤੀਫਾ ਦੇ ਕੇ ਕਿ ਡੁੱਬ ਕੇ ਮਰ ਜਾਣਾ ਚਾਹੀਦਾ, ਤੈਨੂੰ ਦਿੱਲੀ ਤੋਂ ਬਾਹਰ ਜਾਣਾ ਚਾਹੀਦਾ, ਤੈਨੂੰ ਹਰ ਕਿਸੇ ਗੁਰਦੁਆਰੇ ਜਾਣ ਦਾ, ਸੰਗਤਾਂ ਨੂੰ ਅਪੀਲ ਕਰਦਾ ਕਿ ਕੋਈ ਮੂੰਹ ਨਾ ਲਾਵੇ, ਜਿੱਥੇ ਜਾਵੇ ਲਾਂਟਾ ਪਾਵੇ, ਇਹਦਾ ਬਾਈਕਾਟ ਕਰੋ, ਇਹਦਾ ਸੋਸ਼ਲ ਬਾਈਕਾਟ ਕਰੋ, ਜੇ ਜਿੰਨਾ ਚਿਰ ਦੱਸਦਾ ਨਹੀਂ ਕਿ ਕਿੱਥੇ ਪੈਸਾ ਗਿਆ, ਦੱਸੇ ਨਾ ਕਰਾ ਕੇ, ਮੈਂ ਉਹ ਜੇ ਕਹਿੰਦਾ, ਮੈਂ ਕਹਿੰਦਾ ਉੱਥੇ ਪਟਾਇਆ ਨਹੀਂ, ਮਾਲਕ ਨੂੰ ਤੇਰੇ ਪਿਓ ਦੇ ਪੈਸੇ ਆ, ਜੇ ਮਾਲਕ ਨੂੰ ਪੁੱਛਿਆ ਤੂੰ ਕੌਣ ਆਉਣਾ ਪਹੁੰਚਾਉਣ ਵਾਲਾ, ਤੇਰੀ ਐਗਜੈਂਟ ਤਾਂ ਅਸੀਂ ਬੈਠੇ ਹਾਂ, ਅਸੀਂ ਮੈਂਬਰ ਹਾਂ, ਜ਼ਿੰਮੇਵਾਰ ਹਾਂ, ਅਤੇ ਜੇ ਪੈਸੇ ਭੇਜਣੇ ਸਾਨੂੰ ਪੁੱਛ, ਪਾਰਟੀ ਨੂੰ ਪੁੱਛ, ਦੁਨੀਆਂ ਪੈਸੇ ਭੇਜਦੀ, ਮੈਂ ਪ੍ਰਧਾਨ ਸੀ, ਸਰਬਜੀਤ ਸਿੰਘ ਮੇਰੇ ਨਾਲ ਸੀ, ਅਸੀਂ ਇੱਥੋਂ ਕਰੋੜ ਕਰੋੜ ਰੁਪਇਆ ਦੇ ਕੇ ਆਉਂਦੇ ਇੱਥੇ ਇਲੈਕਸ਼ਨ ਵਿੱਚ ਇਕੱਠਾ ਕਰਕੇ ਲੋਕਾਂ ਕੋਲੋਂ, ਸਾਰੀ ਦੁਨੀਆਂ ਕਰਦੀ ਆ, ਕਾਂਗਰਸ ਕਰਦੀ, ਬੀਜੇਪੀ ਕਰਦੀ ਆ, ਅਤੇ ਗੁਰਦੁਆਰੇ ਕੱਢ ਕੇ ਕੌਣ ਲਿਆ ਪੈਸੇ, ਤੂੰ ਗੁਰਦੁਆਰੇ ਕਿਉਂ ਕੱਢੇ ਪੈਸੇ, ਤੂੰ ਕਿਹਨੂੰ ਪੁੱਛ ਕੇ ਗਿਆ ਉੱਥੇ? ਬਿਲਕੁਲ ਕਦੇ ਕਿਸੇ ਕੀਮਤ ਨਹੀਂ, ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰੀ ਕਰੋੜਾਂ ਰੁਪਈਆ ਆਪ ਦਾ ਉਹ ਪੈਸੇ ਇੱਥੋਂ ਨਾ, ਉਹਨਾਂ ਨੂੰ ਸ਼ਰਮ ਇਹ ਹੁਣ ਦੁੱਖ ਹੀ ਇਸ ਗੱਲ ਦਾ ਲੱਗਾ ਕਿ ਇਹਨੇ ਕਹਿ ਕਿਵੇਂ ਲੱਗੇ ਕਿ ਪੈਸਾ ਉੱਥੇ ਗਿਆ, ਇੱਕ 5 ਪੈਸੇ ਅਗਰ 5 ਰੁਪਈਏ ਸਾਬਤ ਕਰ ਦਿਓ ਉਹਨਾਂ ਨੂੰ ਦਿੱਤੇ ਤਾਂ ਜੋ ਸਜ਼ਾ ਚੋੜ ਦਿਓ ਸਾਡੀ ਉਹ ਜ਼ਰੂਰਤ ਪੜ ਗਈ ਕਿ ਪਹਿਲੇ ਅਸੀਂ ਤਾਂ ਅਕਾਊਂਟ ਦੇ ਵਿੱਚ ਹੈ ਨਹੀਂ, ਜਿਹੜੇ ਅਕਾਊਂਟ ਵਿੱਚ ਹੈਗੇ ਸੀ ਬੰਦੇ ਉਹਨਾਂ ਨੂੰ ਪਤਾ ਹੋਵੇਗਾ ਜਾਂ ਜਿਹਨਾਂ ਨੂੰ ਪਤਾ ਨਹੀਂ ਲੱਗਾ, ਇਹ ਕੇਸ ਜੋ ਚੱਲਿਆ ਛੰਡੀ ਨੇ ਕੇਸ ਪਾ ਦਿੱਤਾ, ਛੰਡੀ ਦੇ ਕੇਸ ਦੇ ਉੱਤੇ ਇਨਕੁਆਇਰੀਆਂ ਵੀ ਹੋ ਗਈਆਂ, ਇਨਕੁਆਇਰੀਆਂ ਹੋਣ ਤੋਂ ਬਾਅਦ ਅਸੀਂ ਵੀ ਇਸ ਗੱਲ 'ਚ ਰਹਿ ਵੀ ਬਦਨਾਮੀ ਬੜੀ ਹੋ ਰਹੀ ਆ, ਬਦਨਾਮੀ ਬੜੀ ਹੋ ਰਹੀ ਆ, ਕੀ ਹੋ ਗਿਆ ਪਤਾ ਨਹੀਂ, ਕੀ ਹੋ ਰਿਹਾ ਪਤਾ ਨਹੀਂ, ਕੀ ਹੋ ਰਿਹਾ ਪਤਾ ਨਹੀਂ, ਕੀ ਹੋ ਰਿਹਾ 'ਚ ਹੁੰਦਾ ਰਿਹਾ, ਲੇਕਿਨ ਉਹਦੇ ਵਿੱਚ ਇਹਨੇ ਸਾਨੂੰ ਗੱਲ 'ਚ ਰਾਤੀ ਵੀ ਮੇਰਾ ਕੁਛ ਨਹੀਂ ਹੋਇਆ, ਇਹ ਛੰਡੀ ਨੇ ਮੇਰੇ 'ਤੇ ਝੂਠਾ ਕੇਸ ਪਾਇਆ, ਇਹਨੇ ਛੰਡੀ ਦੇ ਉੱਤੇ ਪਾ ਦਿੱਤਾ, ਅਤੇ ਉਹ ਇਹਨੇ ਕਹਿਤਾ ਮੇਰੀ ਕਲੋਜ਼ਿੰਗ ਰਿਪੋਰਟ ਆ ਰਹੀ ਆ, ਮੈਂ ਮੈਨੂੰ ਕਲੀਅਰ ਚਿੱਟ ਦਿੱਤੀ ਆ ਪੁਲਿਸ ਨੇ, ਮੈਨੂੰ ਕਲੀਅਰ ਚਿੱਟ ਮਿਲੀ, ਤੁਹਾਨੂੰ ਕੋਈ ਮਤਲਬ ਨਹੀਂ, ਮੈਂ ਆਪਣਾ ਆਪੇ ਸਾਫ਼ ਕਰਾਂਗਾ, ਸਾਡਾ ਹੁਣੇ ਬੰਦਾ ਸੀ, ਸਾਡੇ ਪ੍ਰਧਾਨ ਵੀ ਸੀ, ਅਸੀਂ ਆਖਿਆ ਚਲੋ ਖੁੱਲ੍ਹਾ ਤਾਂ ਕਰ ਲਵੇ, ਅਸੀਂ ਨਹੀਂ ਵਿੱਚ ਬੜੇ ਉਹਦੇ 'ਚ, ਲੇਕਿਨ ਜਦੋਂ ਉਹ ਰਿਪੋਰਟ ਕਲੋਜ਼ਿੰਗ ਸਾਨੂੰ ਹੁਣ ਕਿਉਂ ਲੋੜ ਪਈ, ਜਦੋਂ ਐਂਡ ਹੋ ਗਿਆ, ਜਦੋਂ ਕਲੋਜ਼ਿੰਗ ਰਿਪੋਰਟ ਕੋਰਟ 'ਚ ਗਈ ਅਤੇ ਕੋਰਟ ਦੇ ਜੱਜ ਨੇ ਜਦੋਂ ਹੁਣ ਜਾ ਕੇ ਸੀਰੀਅਸ ਐਕਸ਼ਨ ਲੈ ਲਿਆ, ਸੀਰੀਅਸ ਐਕਸ਼ਨ ਕੀ ਲਿਆ ਕਿ ਰਿਪੋਰਟ ਕੈਂਸਲ ਕੀਤੀ ਇਹਦੀ, ਕੈਂਸਲ ਕਰਕੇ ਤਾਂ ਉਹਨੇ ਪੁੱਛਿਆ ਆਪ ਨੂੰ ਏ ਸੀ ਪੀ ਨੂੰ ਵੀ ਕਿਹੜੀ ਦਫ਼ਾ ਲਾਈ ਆ ਅਤੇ ਕਿਹੜੀ ਲੱਗਣੀ ਚਾਹੀਦੀ ਆ, ਕੱਢ ਕਿਤਾਬ ਆਪਣੀ, ਉਹਨੇ ਕਿਤਾਬ ਚੈੱਕ ਕੱਢੀ, ਉਹ ਕਹਿੰਦਾ ਜੀ ਇੱਥੇ 409 ਲੱਗਣੀ ਚਾਹੀਦੀ, ਤਾਂ ਫਿਰ ਕਿਉਂ ਨਹੀਂ ਲਾਈ, ਜਦ ਮੈਂ ਕਿਹਾ ਸੀ ਲਾਓ ਤਾਂ ਕਿਉਂ ਨਹੀਂ ਲਾਈ, ਲਾਓ ਫਿਰ ਹੁਣ ਉਹਨੇ ਇਹ ਕੈਂਸਲ ਕਰਕੇ ਕਮਿਸ਼ਨ ਨੂੰ ਆਰਡਰ ਕੀਤੇ
ਔਰ 409 ਧਾਰਾ ਲੱਗ ਗਈ ਇੱਥੇ ਹੁਣ 409 ਦਾ ਮਤਲਬ ਹੈ ਇਹਦੇ ਵਿੱਚ ਕੋਈ ਜ਼ਮਾਨਤ ਨਹੀਂ ਸਿੱਧੀ ਜੇਲ੍ਹ ਹੈ ਇਸ ਕਰਕੇ ਜਦੋਂ ਅਸੀਂ ਇਹ ਆਈ ਇਹ ਗੱਲ ਮੈਂ ਚੁੱਕੀ ਆ ਵੀ ਜੇ ਇਹ ਫੈਸਲਾ ਕੋਰਟ ਦਾ ਆ ਗਿਆ ਤਾਂ ਕੋਰਟ ਦਾ ਫੈਸਲਾ ਇਕੱਲੇ ਵਜੀਕੇ ਦੇ ਖਿਲਾਫ਼ ਨਹੀਂ ਇਹ ਆਊਗਾ ਕਮੇਟੀ ਦੇ ਖਿਲਾਫ਼ ਸਾਰੇ ਵੀ ਕਮੇਟੀ ਨੇ ਕੀਤਾ ਮੈਂ ਕਿਹਾ ਵੀ ਇਹ ਕਮੇਟੀ ਦਾ ਆਊਗਾ ਕਮੇਟੀ ਨੇ ਜਿੰਨੇ ਉੱਥੇ ਗਵਾਹ ਪੇਸ਼ ਹੋਏ ਆ ਉਹਨਾਂ ਨੂੰ ਜਿਹੜੇ ਜਿਹੜੇ ਗਵਾਹ ਉੱਥੇ ਸੀਗੇ ਸਾਡੇ ਕੋਲ ਜਿਹੜੇ ਕਹਿੰਦੇ ਸੀ ਮੇਰੇ ਕੋਲ ਇੱਦਾਂ ਕਰਾਇਆ ਮੇਰੇ ਕੋਲ ਇੱਦਾਂ ਕਰਾ ਭੇਜਿਆ ਸੀ ਉਹਨਾਂ ਗਵਾਹਾਂ ਨੇ ਜਾ ਕੇ ਗਵਾਹੀ ਵੀ ਦਿੱਤੀ ਆ ਉਹਨਾਂ ਗਵਾਹੀ ਦਿੱਤੀ ਉਸੇ ਗਵਾਹੀ ਦੇ ਉੱਤੇ ਹੀ ਇਹ ਕੇਸ ਮਜ਼ਬੂਤ ਹੋਇਆ ਸਾਰਾ ਲੇਕਿਨ ਜਦੋਂ ਇਹ ਕਹਿੰਦਾ ਨਹੀਂ ਤਾਂ ਮੈਂ ਤਾਂ ਕਲੀਅਰ ਚੱਟ ਲੈ ਲਈ ਉਹ ਕਲੀਅਰ ਚੱਟ ਵੀ ਫੇਲ ਹੋ ਗਈ ਜਦੋਂ ਇਹ ਗੱਲ ਆ ਗਈ 409 ਲੱਗੀ ਮੈਂ ਕਿਹਾ ਹੁਣ ਆਈਡੈਂਟੀਫਾਈ ਹੋਣਾ ਚਾਹੀਦਾ ਕਿ ਕਮੇਟੀ ਨੇ ਚੋਰੀ ਕੀਤੀ ਆ ਕਿ ਕਿਸੇ ਇੱਕ ਵਿਅਕਤੀ ਨੇ ਕੀਤੀ ਆ ਮੈਂ ਕਿਹਾ ਸਰਦਾਰ ਜਾਂਚ ਸਾਹਮਣੇ ਕਰੋ ਪੇਸ਼ ਨਹੀਂ ਤਾਂ ਅਸੀਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਮੈਂ ਇਸ ਗੱਲ ਦੀ ਪੂਰੇ ਜ਼ੋਰ ਨਾਲ ਪਾਰਟੀ ਦੇ ਵਿੱਚ ਡਟ ਕੇ ਸਟੈਂਡ ਲਿਆ ਉਹਨਾਂ ਨੇ ਕਿਹਾ ਬਿਲਕੁਲ ਇਹਨੇ ਕੀਤੀ ਆ ਮੈਂ ਕਿਹਾ ਸਬੂਤ ਲਿਆ ਆਹ ਸਾਰੇ ਸਬੂਤ ਇਕੱਠੇ ਕਰਕੇ ਦਿੱਤੇ ਆ ਵੀ ਇਹ ਉਹਨੇ ਮੈਂ ਕਿਹਾ ਤੇਰੇ ਸਾਈਨ ਕਹਿੰਦਾ ਮੇਰੇ ਸਾਈਨ ਇਸ ਕਰਕੇ ਨਹੀਂ ਕਿ ਜਦੋਂ ਮੈਨੂੰ ਬਾਹਰ ਕੱਢਦਾ ਸੀ ਪਾਰਟੀ 'ਚੋਂ ਉਦੋਂ ਇਹ ਪੱਪੂ ਸਾਈਨ ਕਰਾਉਂਦਾ ਸੀ ਜਦੋਂ ਮੈਨੂੰ ਕੱਢਦਾ ਸੀ ਉਹ ਕੋਲ ਸਾਈਨ ਕਰਾਉਂਦਾ ਸੀ ਮੈਨੂੰ ਕੱਢਦਾ ਹੀ ਇਸ ਕਰਕੇ ਸੀ ਵੀ ਇਹ ਬਾਹਰ ਜਾਵੇ ਤੂੰ ਕਿ ਮੈਂ ਸਾਈਨ ਕਰਾਵਾਂ ਤਾਂ ਮੈਂ ਆਪਣੇ ਕੰਮ ਕਰਵਾ ਇਹ ਕਿਸੇ ਵੀ ਕੇਸ ਵਿੱਚ ਸੇਵਾ ਸਿੰਘ ਆਪਣਾ ਸਰਸਾ ਆ ਕੱਢਿਆ ਉਹਨੂੰ ਚਾਰ ਵਾਰੀ ਕਿਹੜਾ ਸਰਸੇ ਨੂੰ ਚਾਰ ਵਾਰੀ ਪਾਰਟੀ 'ਚੋਂ ਕੱਢਿਆ ਉਹਨੇ ਚਾਰ ਵਾਰੀ ਜਨ ਸੰਕਤ 'ਚੋਂ ਕੱਢ ਕੇ ਇੱਥੇ ਨਹੀਂ ਰੱਖਿਆ ਪੰਜਾਬ ਭੇਜਤਾ ਪਿਛਲੀ ਵਾਰੀ ਇਹ ਕੀ ਫਿਕਰਤਾ ਸਾਰੀਆਂ ਉਹਨੇ ਦਿੱਤੀਆਂ ਉਹਦੀਆਂ ਪਾਵੜਾਂ ਨਹੀਂ ਜੀ ਨਹੀਂ ਸਾਰੀਆਂ ਪਾਵੜਾਂ ਦੇ ਮੈਨੂੰ ਮੈਂ ਤੇਰੇ ਵਿੱਚ ਵੜਨ ਦੇਣਾ ਨਹੀਂ ਇੱਥੇ ਉਹਨੂੰ ਵੜਨ ਨਹੀਂ ਦਿੱਤਾ ਅਤੇ ਉਹਨੇ ਚੱਕ ਸਾਈਨ ਕਰਦੇ ਰਹੇ ਮੈਂ ਪੱਪੂ ਨੂੰ ਪੁੱਛਿਆ ਤੈਨੂੰ ਪਤਾ 97 ਲੱਖ ਦੀਆਂ ਚਾਦਰਾਂ ਆਈਆਂ ਤੇਰੇ ਸਾਈਨ ਹੋਇਆ ਕਹਿੰਦਾ ਜੀ ਮੈਨੂੰ ਨਹੀਂ ਪਤਾ ਮੈਂ ਕਿਹਾ ਸਾਈਨ ਕਿਉਂ ਕੀਤੇ ਕਹਿੰਦਾ ਮੈਂ ਵਿਸ਼ਵਾਸ ਨਾ ਕਰਦੇ ਮੈਨੂੰ ਪਤਾ ਨਹੀਂ ਸੀ ਆਹ ਹੁਣੇ ਮੇਰੇ ਨਾਲ ਬੈਠਾ ਸੀ ਕਹਿੰਦਾ ਮੈਂ ਵਿਸ਼ਵਾਸ ਨਾ ਕੀਤੇ ਆ ਇਹ ਚੋਰੀ ਹੋਈ ਆ ਇਹਦੇ ਵਿੱਚ ਸਰਦਾਰ ਹੋ ਗਈ ਹਾਂ 100% 100% 100% ਹੋ ਗਈ ਦਿਆਂਗੇ ਹੁਣ ਤੁਹਾਨੂੰ ਦਿਆਂਗੇ ਅਸੀਂ ਪਾਰਟੀ ਬੜੇ ਸਾਹਮਣੇ ਖੜੇ ਹੋਵਾਂਗੇ ਡਟ ਕੇ ਹੁਣ ਆਪ ਖੜੇ ਹੋਵਾਂਗੇ ਕਿਹਨੇ ਖਾਧਾ 77 ਖੜਾ ਹੋਊਗਾ ਕਿਹਨੇ ਖਾਧਾ ਹਾਂਜੀ ਬਿਲਕੁਲ ਜਾਵਾਂਗੇ ਉਹ ਪੰਜਾਵਾਂਗੇ ਜੱਜ ਦੇ ਸਾਹਮਣੇ ਖਲੋ ਕੇ ਸਰਸਾ ਜਨਰਲ 77 ਕਹੂੰਗਾ ਕਿ ਮੈਂ ਉਦੋਂ 77 ਸੀ ਇਹ ਹੋਇਆ ਇਹ ਹੋਇਆ ਜੋ ਕੁਝ ਹੋਇਆ ਸਾਹਮਣੇ ਹੋਇਆ ਔਰ ਜੋ ਇਹ ਮਾਲਕਾਂ ਦਾ ਨਾਂ ਰਿਹਾ ਝੂਠ ਬੋਲਿਆ ਫਰਾਡ ਕਰ ਰਿਹਾ ਮੇਰੇ ਕੋਲ ਤਾਂ ਹੁਣ ਥੋੜ੍ਹੀ ਦੇਰ ਤੋਂ ਆਏ ਆ ਉਹ ਮਹੀਨਾ ਕੋ ਆਇਆ ਹੁਣ 15 ਮਹੀਨਾ ਵੀ 15 ਦਿਨ ਹੋਇਆ ਹੈ ਨਹੀਂ ਨਹੀਂ ਮੇਰੇ ਕੋਲ ਆਏ ਮੈਨੂੰ ਦਿੱਤੇ ਉਹਨੇ ਕੱਲ੍ਹ ਮੈਂ ਉਹਨੂੰ 15 ਤੋਂ ਕਹਿ ਰਿਹਾ ਵੀ ਇਹਦਾ ਸਬੂਤ ਦਿਓ ਤੁਸੀਂ ਇਹਦਾ ਸਬੂਤ ਹੁਣ ਇਕੱਠੇ ਕਰਕੇ ਸਾਰੇ ਪੇਪਰ ਚੜ੍ਹ ਗਏ ਮੈਨੂੰ ਉੱਤੇ ਪਰਸ ਚੌਥੇ ਦਿੱਤੇ ਉਹਨਾਂ ਨੇ ਮੈਨੂੰ ਹਾਂ ਹੁਣ ਮੈਂ ਅੱਜ ਪ੍ਰੈਸ ਕਾਨਫਰੰਸ ਕਰ ਰਹੀ ਇੱਥੇ ਕਰੋੜਾਂ ਰੁਪਏ ਦਾ ਘੁਟਾਲਾ ਕਮੇਟੀ 'ਚ ਹੁੰਦਾ ਰਿਹਾ 5 ਸਾਲ ਦਾ ਮੈਂ ਕਿਹਾ ਨੀ ਉਹਦੇ ਨਾਲ ਪੱਪੂ ਸੀ ਉਹਦੇ ਨਾਲ ਸੂਬੇਦਾਰ ਸੀ ਤਿੰਨਾਂ ਬੰਦਿਆਂ ਨੇ ਕੀਤਾ ਮੈਂ ਕਿਹਾ ਸੋਈ ਹੋਈ ਸੀ ਜਾ ਕੇ ਜਦੋਂ ਕੋਰਟ ਚ ਕੇਸ ਚਲਾ ਗਿਆ FIR ਇੱਕ ਮਿੰਟ FIR ਸਾਡੀ ਵੱਲੋਂ ਹੋ ਗਈ ਪਾਵਰ ਹੀ ਉਹਨਾਂ ਦੇ ਕੋਲ ਸੀ ਦੋ ਬੰਦਿਆਂ ਕੋਲ ਪਾਵਰ ਹੈ ਮੇਰਾ ਮਤਲਬ ਇਹ ਨੀ ਸਾਨੂੰ ਮੈਂ ਹੁਣ ਮੈਂ ਸਭ ਤੋਂ ਸੀਨੀਅਰ ਬੰਦਾ ਮੈਨੂੰ ਪਤਾ ਹੀ ਕੱਖਰੀ ਕਮੇਟੀ 'ਚ ਮੈਂ ਤਾਂ ਉੱਥੇ ਆਪਣੀ ਕਾਲਜ ਚਲਾ ਰਿਹਾ ਮੈਨੂੰ ਕੀ ਪਤਾ ਕੀ ਇੱਥੇ ਕੀ ਹੋਣ ਡਿਆ ਮੈਂ ਦੇਖਾਂ ਕਹਾਂ ਮੈਂਬਰ ਆ ਕਿਸੇ ਮੈਂਬਰ ਨੂੰ ਕੋਈ ਜਾ ਕੇ ਕੋ ਕਾਗਜ਼ ਹਾਂ ਹਾਂ ਬਿਲਕੁਲ ਜਾਊਂਗਾ ਕੱਲ੍ਹ ਕੱਲ੍ਹ ਹੀ ਲੈ ਤੂੰ ਕੱਲ੍ਹ 75 ਤਰੀਕ ਪੇਸ਼ ਹੋਵਾਂਗੇ ਸਾਰੇ ਪੇਪਰ ਲੈ ਕੇ ਪੇਸ਼ ਹੋਵਾਂਗੇ ਮੈਂ ਵੀ ਪੇਸ਼ ਹੋਊਂਗਾ ਸਰਸਾ ਪੇਸ਼ ਹੋਊਂਗਾ ਇਹ ਕੋਰਟ ਕਮੇਟੀ ਪੇਸ਼ ਹੋਊ ਜਾਏਗੀ ਬਿਲਕੁਲ ਜਾਏਗੀ 100% ਜਾਏਗੀ ਮੈਂ ਕਹਿੰਦਾ ਜੀ ਪਹਿਲੀ ਗੱਲ ਇੱਕ ਰੁਪਈਆ ਨਹੀਂ ਗਿਆ ਝੂਠ ਬੋਲਦਾ ਦੂਜੀ ਗੱਲ ਜੇ ਉਹ ਕਹਿੰਦਾ ਗਿਆ ਤਾਂ ਕਿਉਂ ਗਿਆ ਉਹ ਕੌਣ ਹੁੰਦਾ ਪੈਸੇ ਦੇਣ ਵਾਲਾ ਪਿਓ ਦੇ ਪੈਸੇ ਆ ਉਹ ਕੌਣ ਉਹ ਕੌਣ ਹੁੰਦਾ ਪੈਸੇ ਦੇਣ ਵਾਲਾ ਨਹੀਂ ਗਿਆ ਬਿਲਕੁਲ ਗਿਆ ਇੱਕ ਪੈਸਾ ਨਹੀਂ ਗਿਆ ਇੱਕ ਪੈਸਾ ਨਹੀਂ ਗਿਆ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀਗੀ ਉਹਨਾਂ ਦੇ ਸਾਡੇ ਸਰਪ੍ਰਸਤ ਹੈਗੇ ਸੀਗੇ ਭੁੰਦਰ ਸਾਹਿਬ ਉਹਨਾਂ ਨੇ ਡੇਢ ਕੁ ਮਹੀਨਾ ਹੋ ਗਿਆ ਉਹਨਾਂ ਨੇ ਸਵਾਲ ਪੁੱਛਿਆ ਸੀਗਾ ਮਨਜੀਤ ਸਿੰਘ ਨੂੰ ਕਿ ਇਹ ਮੈਂ ਸਵਾਲ ਚੁੱਕਿਆ ਸੀਗਾ ਇਹਨੇ ਮੈਨੂੰ ਕਿਹਾ ਹੈਗਾ ਮੈਂ ਉੱਥੇ ਭੇਜੇ ਹੈਗੇ ਨੇ ਪੈਸੇ ਪੰਜਾਬ ਇਲੈਕਸ਼ਨ ਦੇ ਭੇਜਦਾ ਰਿਹਾ ਵਾਂ SS ਭੇਜਦਾ ਰਿਹਾ ਮੈਂ ਕਿਹਾ ਯਾਰ ਇੱਕ ਗੱਲ ਦੱਸ ਤੂੰ ਜੋ ਉੱਥੇ ਪੈਸਾ ਭੇਜਿਆ ਹੈਗਾ ਆਖਿਰ ਅਸੀਂ ਮੈਂਬਰ ਹੈਗੇ ਹਾਂ ਅਸੀਂ ਵੀ ਐਗਜੈਕਟਿਵ ਦੇ ਮੈਂਬਰ ਹੈਗੇ ਹਾਂ ਕਿ ਤੂੰ ਇਕੱਲਾ ਪ੍ਰੋਪਰਾਈਟਰ ਹੈਗਾ ਵੇ ਕਿ ਤੂੰ ਪੈਸਾ 40 ਲੱਖ ਭੇਜਦਾ 80 ਲੱਖ ਭੇਜਦਾ 1 ਕਰੋੜ ਭੇਜ ਦਿੱਤਾ ਹੈਗਾ 5-6 ਕਰੋੜ ਦਾ ਹੈਗਾ ਸੀਗਾ ਉਹ ਫਿਰ ਨਾ ਮੈਂ ਸੁਬੀਰ ਜੀ ਨੂੰ ਪੁੱਛਿਆ ਸੁਬੀਰ ਕਹਿੰਦਾ ਮੈਂ ਲੈ ਸਕਦਾ ਗਾ ਪੈਸੇ
ਕਹਿੰਦਾ ਮੈਂ ਹਰ ਸਾਲ ਪਾਰਟੀ ਨੂੰ 2-2.5 ਕਰੋੜ ਰੁਪਏ ਬਾਈ ਚੈੱਕ ਦਿੰਦਾ ਗਾ ਵਾ ਆਪਣੇ ਕੋਲੋਂ ਦਿੰਦਾ ਅਤੇ ਨਾਲ ਮੈਨੂੰ ਪਤਾ ਹੈਗਾ ਨਾ ਅਸੀਂ ਜਦੋਂ ਹਿੱਸਾ ਅਤੇ ਪ੍ਰਧਾਨ ਸੀਗੇ ਅਤੇ ਅਸੀਂ ਹੈਗੇ ਸੀਗੇ ਉਦੋਂ ਅਸੀਂ ਬਾਜ਼ਾਰ 'ਚੋਂ ਇਕੱਠਾ ਕਰਕੇ ਦਿੰਦੇ ਸੀ ਨਾ ਕਿ ਅਸੀਂ ਗੁਰਦੁਆਰੇ 'ਚੋਂ ਦਿੰਦੇ ਹੈਗੇ ਸੀਗੇ ਆਪਣਾ ਜਿਹੜੇ ਜਿਹੜੇ ਸਾਡੇ ਅੱਛੇ ਇੰਡਸਟਰੀਜ ਨੇ ਪੌਂਟੀ ਚੱਡਾ ਹੈਗਾ ਸੀਗਾ ਬ੍ਰਿਸਟਲ ਹੋਟਲ ਵਾਲੇ ਹੈਗੇ ਨੇ ਜਿਹੜੇ ਜਿਹੜੇ ਅੱਛੇ ਕੰਪਨੀਆਂ ਹੈਗੀਆਂ ਨੇ ਅਸੀਂ ਉਹਨਾਂ ਕੋਲ ਜਾਂਦੇ ਸੀ ਕਿ ਅਕਾਲੀ ਦਲ ਦਾ ਇਲੈਕਸ਼ਨ ਹੈਗਾ ਜਿੱਦਿਓ ਪੈਸੇ ਦਿੰਦੇ ਸੀ ਕੋਈ 5 ਲੱਖ ਦਿੰਦਾ ਕੋਈ 10 ਲੱਖ ਦਿੰਦਾ ਕੋਈ 1 ਲੱਖ ਦਿੰਦਾ ਕੋਈ 50,000 ਜਿੰਨੀ ਨਹੀਂ ਚੱਕਤੀ ਹੁੰਦੀ ਹੈਗੀ ਹੈ ਅਤੇ ਜੇ ਤੁਸੀਂ ਤੁਹਾਨੂੰ ਰੱਬ ਦੀ ਕਿਰਪਾ ਹੋਈ ਹੈਗੀ ਹੈ ਕਿ ਤੁਹਾਨੂੰ ਬਣਾਇਆ ਗਿਆ ਵੈ ਆਪਣਾ ਇੱਥੇ ਪ੍ਰਧਾਨ ਬਣਿਆ ਗਿਆ ਆਖਿਰ ਤੁਹਾਡੀ ਇੰਨੀ ਦਿੱਲੀ ਦੇ ਵਿੱਚ ਤੁਹਾਡੇ ਸਾਰਿਆਂ ਦਾ ਅਸੀਂ ਲੋਕਾਂ ਦੇ ਕੰਮ ਵੀ ਕਰਨੇ ਹੈਗੇ ਹਾਂ ਐਡਮਿਸ਼ਨਾਂ ਕਰਾਉਂਦੇ ਹੈਗੇ ਹਾਂ ਹੋਰ 100 ਕੰਮ ਹੁੰਦੇ ਹੈਗੇ ਨੇ ਜਿਹੜੇ ਹੁੰਦੇ ਹੈਗੇ ਨੇ ਕਰਾਈਦੇ ਹੈਗੇ ਨੇ ਅਤੇ ਜਿਹੜੇ ਜਿਹੜੇ ਅੱਛੇ ਬੰਦੇ ਹੈਗੇ ਨੇ ਅਸੀਂ ਲੈਂਦੇ ਹਾਂ ਪੈਸੇ ਇਕੱਠੇ ਕਰਕੇ ਦਿੰਦੇ ਹਾਂ ਇਲੈਕਸ਼ਨ ਨਾਲ ਜਾਂ ਜੇ ਇਲੈਕਸ਼ਨ ਕੋਈ ਹੈਗਾ ਵੇ ਬੀਜੇਪੀ ਦਾ ਹੈਗਾ ਜਾਂ ਕਾਂਗਰਸ ਹੈਗਾ ਜਾਂ ਅਕਾਲੀ ਦਲ ਦਾ ਹੈਗਾ ਲੋਕ ਪੈਸਾ ਦਿੰਦੇ ਹੈਗੇ ਨੇ ਪੈਸਾ ਦੇ ਦਿੱਤੇ ਆ ਅਤੇ ਇਹਨੂੰ ਅੱਛਾ ਫਿਰ ਇਹਨੇ ਇੱਥੋਂ ਕਹਿ ਉੱਥੇ ਉਹਦਾ ਜਵਾਬ ਨਹੀਂ ਹੈਗਾ ਸੀ ਕਦੇ ਕੋਈ ਨਹੀਂ ਕਹਿੰਦਾ ਵਕਤ ਆਏਗਾ ਤਾਂ ਮੈਂ ਦੱਸਾਂਗਾ ਜੋ ਪੁੰਡਾ ਸਾਹਿਬ ਮੈਂ ਕਹਿੰਦਾ ਜੀ ਪੁੱਛੋ ਉਹਦੇ ਕੋਲ ਸਵਾਲ ਹੁੰਦਾ ਸੀ ਕੋਰ ਕਮੇਟੀ ਦੀ ਮੀਟਿੰਗ ਚਲਦੀ ਵੀ ਹੈਗੀ ਹੈ ਇਹਨੇ ਕਿਹਾ ਜਾਵੇ ਕਿ ਮੈਂ ਨਾ ਵਕਤ ਆਏਗਾ ਤਾਂ ਦੱਸਾਂਗਾ ਮੈਨੂੰ ਤਾਂ ਨਹੀਂ ਪਤਾ ਕਿ ਕਿਹੜਾ ਵਕਤ ਆਏਗਾ ਜੇ ਉਦੋਂ ਦੱਸੇਗਾ ਜੀ ਇੱਕ ਗੱਲ ਦੱਸਾਂ ਗੁਰਦੁਆਰੇ ਦੇ ਪ੍ਰਧਾਨ ਦੇ ਕੋਲ ਇੰਨੀਆਂ ਪਾਵਰਾਂ ਨੇ ਇਕੱਠੀਆਂ ਕੀਤੀਆਂ ਹੋਈਆਂ ਪ੍ਰਧਾਨ ਅਗਰ ਚਾਹੁੰਦਾ ਤੂੰ ਕਹਿੰਦਾ ਨਾ ਬ੍ਰਿਜਰ ਨੂੰ ਮੈਂ ਤੂੰ ਐਂ ਕਰ ਬ੍ਰਿਜਰ ਉਹੀ ਕਰਦਾ ਸਾਨੂੰ ਕੀ ਪਤਾ ਸੀ ਵੀ ਇਹ ਕੁਕਰਮ ਕਰਦਾ ਇਹਨੇ 4 ਵਾਰੀ ਜਨਰਲ ਹਾਊਸ ਬੁਲਾਇਆ ਜਨਰਲ ਹਾਊਸ ਬੁਲਾ ਕੇ ਪੂਰੀਆਂ ਪਾਵਰਾਂ ਲਈ ਮੈਂ ਜੋ ਚਾਹਵਾਂ ਮੈਂ ਕਰਾਂ ਅਸੀਂ ਆਖਿਆ ਵੀ ਕੰਮ ਚੰਗੇ ਕਰਦਾ ਤੂੰ ਕਰਨ ਦੇ ਇਹਨੇ ਸਾਰੀਆਂ ਪਾਵਰਾਂ ਲਈ ਜੋ ਚਾਹੇ ਕਰਦਾ ਰਿਹਾ ਇਹਨੇ ਆਪਣੀ ਮਰਜ਼ੀ ਆਪਾਂ ਪੂਰਾ ਲਿਆ ਆਪਣੀ ਮਰਜ਼ੀ ਨਾਲ ਬ੍ਰਿਧਰ ਨੂੰ 3 ਬੰਦੇ ਅਤੇ ਚੌਥੇ ਨੇ ਆਪਣਾ ਪੀਏ ਰੱਖਿਆ ਸੀ ਜੀਵਨ ਸਿੰਘ ਅਜੇ 50 ਲੱਖ ਲਿਆ 30 ਲੱਖ ਲਿਆ ਇਹ 4-5 ਬੰਦੇ ਜਿਹੜੇ ਸੀ ਇਹਨਾਂ ਨੇ ਧੂਹਾ ਕੱਢਤਾ ਬਿਲਕੁਲ ਰਿਕਵਰੀ ਤਾਂ ਪਾਉਣੀ ਪਾਉਣੀ ਯਾਰ ਰਿਕਵਰੀ ਨਾ ਹੋਈ ਤਾਂ ਕੇਸ ਹੀ ਕਾਹਦਾ ਹੈ ਰਿਕਵਰੀ ਵੀ ਪਾਵਾਂਗੇ ਫਜ਼ਾ ਦਰਦ ਅਸੀਂ ਕਰਾਂਗੇ ਆਪਣੀ ਕਮੇਟੀ ਵੱਲੋਂ ਆਪ ਪੇਸ਼ ਹੋਵਾਂਗੇ ਆਪ ਮੁਕੱਦਮਾ ਲੜਗੇ ਆਪ ਫੇਸ ਕਰਾਂਗੇ ਜੱਜ ਨੂੰ ਕੋਰਟ ਨੂੰ ਬਿਲਕੁਲ ਕਾਰਵਾਈ ਕਰਾਂਗੇ ਬਿਲਕੁਲ ਕਰਾਂਗੇ ਬਾਬਾ ਤੂੰ ਮਾਂ ਜਾ ਜੇ ਬਾਬਾ ਤੂੰ ਮੇਰੇ ਵਿੱਚ ਆ ਕੇ ਇੰਟਰਫੇਅਰ ਕਰੂਗਾ ਤੇ ਬਾਬਾ ਤੂੰ ਮਾਂ ਵਿੱਚ ਹੀ ਕੀਤਾ ਤੇ ਮੈਂ ਸਾਬਤ ਕਰੇ ਨਾ ਫਿਰ ਹਾਂ ਬਿਲਕੁਲ ਪਾਵਾਂਗੇ 100% ਪਾਵਾਂਗੇ ਅਸੀਂ ਕੋਈ ਛੱਡਾਂਗੇ ਜੇ ਗੁਰਦੁਆਰਾ ਕੰਮ ਕਰਨਾ ਇਮਾਨਦਾਰੀ ਕਰਨੀ ਸੱਚ ਬੋਲਣਾ ਹੈ ਤੇ ਬਾਬਾ ਧੋਵਾ ਛੱਡ ਕੇ ਕੋਈ ਸਾਡਾ ਪਿਓ ਹੋਵੇ ਖਾ ਭਾਵੇ ਬਿਲਕੁਲ ਕਰਾਂਗੇ ਹਰ ਬੰਦੇ ਦੇ ਘਰ ਜਿਹੜੇ ਗੁਰੂ ਦਾ ਪੈਸਾ ਲੁੱਟਿਆ ਉਹ ਕਿਸੇ ਕੀਮਤ ਤੇ ਬਖਸ਼ਿਆ ਜਾਊਗਾ ਤਾਂ ਜਿਹੜਾ ਮਰਜ਼ੀ ਹੋਵੇ ਕਰ ਦਿੱਤੀਆਂ ਕਰਦਾ ਸੀ ਕਰ ਦਿੱਤੀਆਂ ਸੀ ਅਸੀਂ 5 ਨੂੰ ਪਾਵਰਾਂ ਦਿੱਤੀਆਂ ਹਾਂ ਜੀ ਹਾਂ ਬਿਲਕੁਲ ਕਰਤੀਆਂ ਕੋਈ ਪ੍ਰਧਾਨ ਨਹੀਂ ਖਰਚ ਕਰ ਸਕਦਾ ਪ੍ਰਧਾਨ ਆਪਣੀ ਮਰਜ਼ੀ ਕੁਛ ਹੀ ਕਰੇਗਾ ਜੋ ਕਰੇਗਾ ਉਹ ਪਾਸ ਕਰੇਗਾ ਐਗਜੈਕਟ ਵਿੱਚ ਹਾਊਸ ਵਿੱਚ ਪਾਸ ਕਰੇਗਾ ਤਾਂ ਕੁਝ ਕੰਮ ਕਰੇਗਾ ਉਦਾਂ ਨਹੀਂ ਕਰ ਸਕਦਾ ਕੋਈ ਕੰਮ ਵੀ ਉਹ ਇਹ ਤਾਂ ਥੋੜ੍ਹਾ ਜਿਹਾ ਅਕਾਊਂਟ ਆ ਇੱਥੇ ਇਸ ਤੋਂ ਇਲਾਵਾ ਤਾਂ ਹੋਰ ਬਹੁਤ ਕੁਝ ਹੈ ਇੰਨਾ ਕੁ ਉਹ ਲੈਣਾ ਕਰਕੇ ਦੇ ਅਮਾਊਂਟ ਇਕੱਠਾ ਕਰਦੇ ਇਸ ਕਰਕੇ ਏਡਾ ਵੱਡਾ ਝੂਠ ਤਾਂ ਫਿਰ ਲੋਕਾਂ ਨੇ ਝੂਠ ਬੋਲਿਆ ਕਿ ਮੈਂ ਸਟੇਜਾਂ 'ਤੇ ਤੂੰ ਬੋਲਦਾ ਪਿਆ ਔਰ ਉਹਨਾਂ ਬਾਲਕਾਂ ਲਾਉਂਦਾ ਨਾ ਉਹਨਾਂ ਦਾ ਜਿਹੜੇ ਪੈਸੇ ਅੱਛਾ ਇੱਕ ਹੋਰ ਤਾਂ ਦੱਸਾਂ ਮੈਂ ਇੱਕ ਵੱਡੀ ਗੱਲ ਹੋਰ ਹੈ ਜਿਹੜੇ ਸੁਣਨ ਵਾਲੀ ਗੱਲ ਆ ਸਭ ਸੁਣ ਮੇਰੇ ਇੱਕ ਵੱਡੀ ਹੋਰ ਗੱਲ ਆ ਕਿ ਤੁਸੀਂ ਦੇਖੋ ਕਿੱਡਾ ਚਮਤਕਾਰ ਹੈ ਇਹ ਜਿਹੜੀਆਂ ਗੁਰੂ ਦੀਆਂ ਗੋਲਕਾਂ ਵਧੀਆਂ ਨਾ ਇਹ ਨਾ ਤਾਂ ਮੇਰਾ ਕਰਕੇ ਵਧੀਆ ਵੀ ਮੈਂ ਪ੍ਰਧਾਨ ਬਣ ਗਿਆ ਵੀ ਗੋਲਕ ਵੱਧ ਗਈ ਕਿਸੇ ਵਧੀਆ ਨਾ 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 ਕਿਸੇ ਸਰਸੇ ਕਰਕੇ ਵਧੀ ਆ ਗੋਲਕ ਵੱਧੀ ਆ ਜਾਂ ਤਾਂ ਇਮਾਨਦਾਰੀ ਕਰੋ ਪੂਰੀ ਤਾਂ ਅਤੇ ਜਾਂ ਬਹੁਤ ਚੰਗੀ ਸੰਗਤ ਆਵੇ ਵੀ ਅੱਗੇ ਚੰਗੇ ਰਾਗੀ ਹੋਣ ਚੰਗੇ ਕੀਰਤਨ ਚੰਗਾ ਅਵਤਾਰ ਸੰਗਤ ਵੱਧੀ ਆ ਪ੍ਰਧਾਨਾਂ ਕਰਕੇ ਗੋਲਕ ਨਹੀਂ ਵੱਧ ਸਕਦੀ ਜਿਹੜੀ ਗੋਲਕ ਜੀਕੇ ਦੇ ਟਾਈਮ 'ਤੇ ਸੀ ਉਸ ਤੋਂ 75% 1.5 ਗੁਣਾ ਤੋਂ ਸਮਝੋ 2% 2 ਸੌ ਕੀ ਕਹਾਂ ਮੈਂ ਦੁੱਗਣੇ ਕਹਿ ਲਓ ਸਮਝੋ ਦੁੱਗਣੀ ਗੋਲਕ ਵੱਧ ਗਈ ਹੈ ਪੈਸਾ ਜ਼ਿਆਦਾ ਕਿੱਥੇ ਸੀ ਦੁੱਗਣੀ ਗੋਲਕ ਵੱਧ ਗਈ ਮਹੀਨੇ ਦੀ ਸਾਰੀ ਜਿੱਥੇ 40 ਲੱਖ ਸੀ 80 ਲੱਖ ਹੋ ਗਿਆ
ਮੈਂ ਬੜਾ ਹੈਰਾਨ ਹਾਂ ਹੁਣ ਸਟਾਫ ਨੂੰ ਤਨਖਾਹ ਟਾਈਮ ਨਾਲ ਮਿਲਣ ਦਾ ਕੀ ਚਾਰੇ ਨੇ ਪੈਸੇ ਜਾ ਰਹੇ ਆ ਪੈਸੇ ਆ ਰਹੇ ਆ ਇੰਨਾ ਪੈਸਾ ਇੰਨਾ ਸੀ ਖੁਲਕ ਆ ਗਈ ਕਿ ਆਹ ਗੋਲਕ ਰੱਖਤੀ ਇਹ ਪਹਿਲੀ ਗੱਲ ਹੈ ਕਿ ਗੁਰਦੁਆਰੇ ਗੋਲਕ ਆਈ ਕਿਉਂ ਇਹ ਤੁਹਾਡੇ ਪਿਓ ਦੀ ਗੋਲਕ ਆ ਬੈਂਕ 'ਚ ਕਿਉਂ ਨਹੀਂ ਗਈ ਜਾਂ ਗੋਲਕ ਉੱਥੇ ਆ ਗਈ ਅਤੇ ਇੱਥੋਂ ਰੱਖ ਦਿੱਤੀ ਆ ਤਾਲਾ ਲੱਗਾ ਸੂਬੇਦਾਰ ਆ ਭੇਜ ਦੀ 10 ਲੱਖ ਲੈ ਗਿਆ ਅੱਛਾ 20 ਲੱਖ ਹੋਰ ਭੇਜ ਦੇ ਲੈ ਗਿਆ ਫਿਰ ਮੁੰਡਾ ਆ ਗਿਆ 5 ਲੱਖ ਰੁਪਇਆ ਮੇਰੀ ਵੀ ਦੇ ਦੇ ਉਹ ਵੀ ਲੈ ਗਿਆ ਫਿਰ ਭਰਾ ਆ ਗਿਆ 2 ਲੱਖ ਹੋਰ ਦੇ ਦੇ ਉਹ ਵੀ ਲੈ ਗਿਆ ਕਿੰਨੇ ਬਣ ਗਏ ਸਾਰੇ 45 ਲੱਖ ਅੱਛਾ ਪਰਚੇ ਪਾ ਦਿਓ ਫਿਰ ਪਾ ਦਿਓ ਬਾਕੀ ਜਾ ਕੇ ਬੈਂਕ 'ਚ ਕਰਾ ਦੂਜੀ ਕੋਲ ਫਿਰ ਆ ਗਏ ਇੱਥੇ ਤੇ ਅਸੀਂ ਲੁੱਟ ਬਚਾਈ ਹਿਸਟਰੀ ਬਣਾਤੀ ਸਰਦਾਰ ਮਨਜੀਤ ਸਿੰਘ ਜੀ ਕਹਿੰਦੇ ਭਾਈ ਇੱਦਾਂ ਲੁੱਟਿਆ ਕਰੋ ਲੋਕਾਂ ਨੂੰ ਇੱਦਾਂ ਗੁਰੂ ਨੂੰ ਲੁੱਟੋ ਜਿਹੜਾ ਬੰਦਾ ਜਦੋਂ ਚਾਹੇ ਪੈਸਾ ਜਮਾ ਪਹਿਲੀ ਗੱਲ ਇਹ ਆ ਕਿ ਅਸੀਂ ਕੀ ਕਰਨ ਲੱਗੇ ਆ ਅਸੀਂ ਆਨਲਾਈਨ ਅਕਾਊਂਟ ਕਰਨ ਲੱਗੇ ਘਰ ਬੈਠੇ ਸਭ ਜੋ ਮਰਜ਼ੀ ਦੇਖ ਸਕਦਾ ਨੰਬਰ 1 ਨੰਬਰ 2 ਬਸ ਇੱਕ ਮਿੰਟ ਯਾਰ ਦੂਜੀ ਗੱਲ ਇਹ ਕਿ ਜੇ ਸਭ ਤੋਂ ਵੱਡਾ ਕਮਰਾ ਹੋਣ ਲੱਗਾ ਜੇ ਜੇ ਲੱਤਾਂ ਉਡਾ ਰਿਹਾ ਪਰ ਮੈਂ ਤੇਰੇ ਪ੍ਰੈਸ 'ਚ ਕਹਿ ਰਿਹਾ ਇਹ ਹੋਣ ਲੱਗਿਆ ਜੇ ਇਹਦਾ ਹਿਸਾਬ ਆਡਿਟ ਲੱਗਾ ਹੋਣ ਡਿਲਾਈਟ ਕੰਪਨੀਆਂ ਇੰਡੀਆ ਦੀ ਨੰਬਰ 1 ਵਰਲਡ ਦੀ ਉਹ ਅਕਾਊਂਟ ਲੱਗੀ ਆ ਚੈੱਕ ਕਰਨ ਅਤੇ ਦੁੱਧ ਆ ਦੁੱਧ ਪਾਣੀ ਦਾ ਪਾਣੀ ਹੋ ਜੂ ਤੁਹਾਡੇ ਸਾਹਮਣੇ ਉਹ ਲੱਗੇ ਉਹਨੂੰ ਦੇਤਾ ਅਸੀਂ ਲੱਗੇ ਆ ਉਹਦਾ ਕਰ ਲਈ ਗੱਲ ਸਾਰੀ ਉਹਨੂੰ ਅਸੀਂ ਦੇਣ ਲੱਗਿਆ ਸਭ ਪਤਾ ਲੱਗ ਲੂ ਅਸੀਂ ਕਿਤੇ ਕੀਤਾ ਤਾਂ ਉਹਨੇ ਕੀ ਕੀਤਾ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਣੀ ਆਨਲਾਈਨ ਤੇ ਥੋੜ੍ਹੀ ਹੋ ਜਾਏਗੀ ਇਹ ਮੇਰੀ ਬੇਨਤੀ ਆ ਇਹ ਮੈਸੇਜ ਦਿਓ ਚੋਰਾਂ ਨੂੰ ਥਾਂ ਨਾ ਦਿਓ ਚੋਰਾਂ ਨੂੰ ਮੂੰਹ ਨਾ ਲਾਓ ਚੋਰਾਂ ਨੂੰ ਕੱਢੋ ਜਿਹਨਾਂ ਨੇ ਗੁਰੂ ਘਰ ਲੁੱਟਿਆ ਬੰਦੇ ਨੂੰ ਲੁੱਟ ਲਓ ਗੁਰੂ ਨੂੰ ਕਿਉਂ ਲੁੱਟਦੇ ਆ ਬੰਦੇ ਨੂੰ ਲੁੱਟ ਲਓ ਗੁਰੂ ਘਰ ਗੋਲਕ ਨਾ ਲੁੱਟੋ ਗੋਲਕ ਗਰੀਬ ਦਾ ਮੂੰਹ ਹੈ ਗਰੀਬ ਦੀ ਰੋਟੀ ਹੈ ਸਿੱਖ ਦਾ ਵਿਸ਼ਵਾਸ ਆ ਮੱਥਾ ਟੇਕਣ ਦਾ ਧਰਮ ਹੈ ਉਹਦੇ 'ਚ ਉੱਥੇ ਹਿੰਦੂ ਮੁਸਲਿਮ ਸਿੱਖ ਇਸਾਈ ਹਰ ਬੰਦਾ ਸ਼ਰਧਾ ਨਾਲ ਮੱਥਾ ਟੇਕਦਾ ਇਹ ਪੈਸਾ ਜਿਸ ਘਰ ਚਲ ਜਾਂਦਾ ਉਹ ਘਰ ਤਬਾਹ ਹੁੰਦੇ ਆ ਕਦੇ ਵਸਦੇ ਨਹੀਂ ਇਸ ਕਰਕੇ ਇਹਨੇ ਬਹੁਤ ਪਾਪ ਕੀਤਾ ਅਸੀਂ ਇਹਦੀ ਨਿਖੇਧੀ ਕਰਦੇ ਹਾਂ ਇਹਦੀ ਨਿੰਦਿਆ ਕਰਦੇ ਹਾਂ ਸੰਗਤ ਨੂੰ ਅਪੀਲ ਕਰਦਾ ਕਿ ਇਹਨੂੰ ਬਿਲਕੁਲ ਮੂੰਹ ਨਾ ਲਓ ਜਦ ਤੱਕ ਇਹ ਸਪਸ਼ਟੀਕਰਨ ਦੇ ਲਵੇ ਇਹ ਪੈਸਾ ਵਾਪਸ ਨਾ ਕਰ ਦੇਵੇ ਇਹ ਮੇਰੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ